have seen what does the cross mean to God. ਅਸੀਂ ਇਹ ਦੇਖਿਆ ਸੀ ਕਿ ਪਰਮੇਸ਼ਵਰ ਦੇ ਲਈ ਸਲੀਬ ਦਾ ਕੀ ਮਤਲਬ ਹੈ. And last week we saw what does it mean to Jesus Christ who was hanging on the cross. ਪਿਛਲੇ ਹਫਤੇ ਅਸੀਂ ਦੇਖਿਆ ਸੀ ਕਿ ਜਦੋਂ ਪ੍ਰਭੂ ਯਿਸੂ ਮਸੀਹ ਸਲੀਬ ਉੱਤੇ ਲਟਕ ਰਹੇ ਸਨ ਉਹਨਾਂ ਦੇ ਲਈ ਇਸ ਦਾ ਕੀ ਮਤਲਬ ਸੀ. And today we go to the other camp. ਅੱਜ ਅਸੀਂ ਦੂਸਰੇ ਪਾਸੇ ਜਾਵਾਂਗੇ. That means what does the cross mean to Satan? ਅੱਜ ਅਸੀਂ ਦੇਖਾਂਗੇ ਕਿ ਸ਼ੈਤਾਨ ਦੇ ਲਈ ਸਲੀਬ ਦਾ ਕੀ ਮਤਲਬ ਹੈ. So what does it mean for Satan that Jesus was hanging on the cross? So ਜਦੋਂ ਪ੍ਰਭੂ ਯਿਸੂ ਮਸੀਹ ਸਲੀਬ ਦੇ ਉੱਤੇ ਲਟਕ ਰਹੇ ਸੀਗੇ ਤਾਂ ਉਸ ਦਾ ਸ਼ੈਤਾਨ ਦੇ ਲਈ ਕੀ ਮਤਲਬ ਨਿਕਲਦਾ? Or does it mean anything to him? ਕਿ ਇਸ ਦਾ ਕੋਈ ਮਤਲਬ ਨਿਕਲਦਾ ਵੀ ਹੈ? The very fact that Jesus died and breathed his last on the cross. ਜਿਹੜੀ ਸੱਚਾਈ ਹੈ ਉਹ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਜੋ ਆਪਣਾ ਆਖਰੀ ਸਾਹ ਉਸ ਸਲੀਬ ਦੇ ਉੱਤੇ ਲਿਆ. That fact did something in the opposite camp. ਇਹ ਜਿਹੜੀ ਸੱਚਾਈ ਸੀ ਇਸਨੇ ਜਿਹੜੇ ਦੂਸਰੇ ਪਾਸੇ ਦੀ ਸਥਿਤੀ ਸੀਗੀ ਉਸ ਦੇ ਵਿੱਚ ਕੁਝ ਕੀਤਾ. In the enemy's camp there was something going on at that day. ਉੱਥੇ ਜਿਹੜੇ ਵਿਰੋਧੀ ਸੀਗੇ ਉਹਨਾਂ ਦਾ ਜੋ ਕੈਂਪ ਸੀਗਾ ਉੱਥੇ ਕੁਝ ਹੋ ਰਿਹਾ ਸੀ. And some people believe that as Jesus Christ died on the cross, ਕੁਝ ਲੋਕ ਸੋਚਦੇ ਨੇ ਕਿ ਪ੍ਰਭੂ ਯਿਸੂ ਮਸੀਹ ਜਦੋਂ ਸਲੀਬ ਦੇ ਉੱਤੇ ਮਰੇ, as he uttered his last words from the cross, ਜਦੋਂ ਉਹਨਾਂ ਨੇ ਉਸ ਸਲੀਬ ਤੋਂ ਆਪਣਾ ਆਖਰੀ ਸ਼ਬਦ ਕਿਹਾ, Father into your hands I commit my spirit, ਪਿਤਾ ਮੈਂ ਤੇਰੇ ਹੱਥਾਂ ਵਿੱਚ ਆਪਣੀ ਆਤਮਾ ਨੂੰ ਦਿੰਦਾ ਹਾਂ. Some preachers think and they teach that there was a huge party thrown in heaven that night, in hell that night. ਤੇ ਕਈ ਜਿਹੜੇ ਪ੍ਰਚਾਰ ਕਰਨ ਵਾਲੇ ਨੇ ਇਸ ਗੱਲ ਉੱਤੇ ਜ਼ੋਰ ਦਿੰਦੇ ਨੇ ਕਿ ਉਸ ਦਿਨ ਨਰਕ ਦੇ ਵਿੱਚ ਇੱਕ ਬਹੁਤ ਬੜੀ ਪਾਰਟੀ ਹੋਈ. As soon as Jesus died, ਜਦੋਂ ਪ੍ਰਭੂ ਯਿਸੂ ਮਸੀਹ ਮਰੇ, they thought the story is over. ਉਹਨਾਂ ਨੇ ਸੋਚਿਆ ਕਿ ਕਹਾਣੀ ਖਤਮ ਹੋ ਗਈ ਹੈ. I don't really believe that there was a party going on in hell. ਮੈਂ ਨਹੀਂ ਸੋਚਦਾ ਕਿ ਇਸ ਗੱਲ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹੋਣਗੀਆਂ ਨਰਕ ਦੇ ਵਿੱਚ. So I don't want to speculate what was going on and what kind of a party and dancing and maybe beer and barbecue that was going on in hell. ਅਸੀਂ ਇਸ ਗੱਲ ਉੱਤੇ ਧਿਆਨ ਨਹੀਂ ਦੇਵਾਂਗੇ ਕਿ ਉੱਥੇ ਕਿਸ ਤਰ੍ਹਾਂ ਦੀ ਉਹ ਜਸ਼ਨ ਮਨਾ ਰਹੇ ਸੀਗੇ ਉਸ ਨਰਕ ਦੇ ਵਿੱਚ. Because why I don't want to speculate about that? ਮੈਂ ਉਸ ਗੱਲ ਉੱਤੇ ਇਸ ਕਰਕੇ ਨਹੀਂ ਧਿਆਨ ਦੇਣਾ ਚਾਹੁੰਦਾ. I don't believe Satan and demons can party and be happy. ਮੈਂ ਨਹੀਂ ਸੋਚਦਾ ਕਿ ਜੋ ਸ਼ੈਤਾਨ ਹੈ ਉਹ ਇਸ ਗੱਲ ਦੇ ਉੱਤੇ ਖੁਸ਼ ਹੋਵੇਗਾ. You know you can't imagine them doing that. ਤੁਸੀਂ ਸੋਚ ਨਹੀਂ ਸਕਦੇ ਕਿ ਉਹ ਇਸ ਤਰ੍ਹਾਂ ਕਰਨਗੇ. That joy is given only to us human beings. ਇਹ ਜਿਹੜੀ ਖੁਸ਼ੀ ਹੈ ਸਿਰਫ ਇਨਸਾਨਾਂ ਨੂੰ ਹੀ ਦਿੱਤੀ ਗਈ ਹੈ. If there was partying and rejoicing in hell then I would like to go there too. ਜੇ ਉਸ ਨਰਕ ਦੇ ਵਿੱਚ ਪਾਰਟੀ ਹੋ ਰਹੀ ਹੈ ਤੇ ਖੁਸ਼ੀਆਂ ਮਨਾ ਰਹੇ ਨੇ ਤਾਂ ਮੈਂ ਵੀ ਉੱਥੇ ਜਾਣਾ ਚਾਹੁੰਦਾ ਹਾਂ. Satan cannot rejoice. ਜੋ ਸ਼ੈਤਾਨ ਹੈ ਉਹ ਖੁਸ਼ ਨਹੀਂ ਹੋ ਸਕਦਾ. Demons cannot be happy ever. ਜੋ ਸ਼ੈਤਾਨ ਦੇ ਲੋਕ ਨੇ ਉਹ ਖੁਸ਼ ਨਹੀਂ ਹੋ ਸਕਦੇ. So I believe instead of a party, ਮੈਂ ਸੋਚਦਾ ਕਿ ਉਸ ਪਾਰਟੀ ਦੀ ਜਗ੍ਹਾ there was a gloom all over hell that night. ਉੱਥੇ ਬਹੁਤ ਸੁਨਸਾਨ ਛਾਇਆ ਹੋਵੇਗਾ. And must be Satan was wondering now what to do. He seems to be in a sense fulfilled that he has accomplished what he wanted to do. ਤੇ ਸ਼ੈਤਾਨ ਸੋਚ ਰਿਹਾ ਹੋਗਾ ਕਿ ਇਹ ਜੋ ਹੁਣ ਮਕਸਦ ਪੂਰਾ ਹੋ ਗਿਆ ਪਰਮੇਸ਼ਵਰ ਦਾ, ਹੁਣ ਮੈਂ ਅੱਗੇ ਕੀ ਕਰਨਾ ਹੈ. And he had about 2 nights or 3 nights to think over this what to do to end this completely. ਅਤੇ ਉਸ ਦੇ ਕੋਲ 2-3 ਰਾਤਾਂ ਸੀਗੀਆਂ ਇਸ ਸੋਚਣ ਦੇ ਲਈ ਕਿ ਉਹ ਇਸ ਨੂੰ ਖਤਮ ਕਿਸ ਤਰ੍ਹਾਂ ਕਰੇ. I am pretty sure, ਮੈਨੂੰ ਪੂਰਾ ਯਕੀਨ ਹੈ, Satan knew, ਸ਼ੈਤਾਨ ਜਾਣਦਾ ਸੀ, that this Jesus, ਇਹ ਜੋ ਪ੍ਰਭੂ ਯਿਸੂ ਹੈ, who has died on the cross, ਜਿਹੜਾ ਸਲੀਬ ਤੇ ਮਰਿਆ, cannot remain in the grave forever. ਕਿ ਉਹ ਕਬਰ ਦੇ ਵਿੱਚ ਪਿਆ ਨਹੀਂ ਰਹੇਗਾ. So instead of rejoicing, ਤਾਂ ਖੁਸ਼ੀ ਮਨਾਉਣ ਦੀ ਬਜਾਏ, he must have been devising plans to keep him forever in the grave. ਤਾਂ ਉਹ ਇਹ ਸੋਚ ਰਿਹਾ ਹੋਵੇਗਾ ਕਿ ਪਲਾਨ ਬਣਾ ਰਿਹਾ ਹੋਗਾ ਕਿ ਉਹ ਕਿਸ ਤਰ੍ਹਾਂ ਕਬਰ ਦੇ ਵਿੱਚ ਹੀ ਪਿਆ ਰਹੇ. And that thinking actually did not take long, or even if there was party it did not last long. ਹੋ ਸਕਦਾ ਜੇ ਉਹਨਾਂ ਨੇ ਖੁਸ਼ੀਆਂ ਮਨਾਈਆਂ ਵੀ ਹੋਣਗੀਆਂ ਤਾਂ ਉਹ ਬਹੁਤ ਜ਼ਿਆਦਾ ਦੇਰ ਲਈ ਨਹੀਂ ਹੋਣਗੀਆਂ. What seemed to Satan a great victory, ਜਿਹੜਾ ਸ਼ੈਤਾਨ ਨੂੰ ਲੱਗਦਾ ਸੀ ਕਿ ਉਸ ਨੂੰ ਬਹੁਤ ਬੜੀ ਜਿੱਤ ਮਿਲ ਗਈ ਹੈ, turned actually into his decisive defeat when Jesus came out of the grave. ਤਾਂ ਪ੍ਰਭੂ ਯਿਸੂ ਮਸੀਹ ਜਦੋਂ ਕਬਰ ਚੋਂ ਬਾਹਰ ਆਏ ਤਾਂ ਇਹ ਉਸ ਦੀ ਇੱਕ ਬਹੁਤ ਬੜੀ ਹਾਰ ਬਣ ਗਈ. So what did this cross mean, the death of Jesus Christ mean to Satan and demons? ਤੇ ਜਿਹੜੀ ਪ੍ਰਭੂ ਯਿਸੂ ਮਸੀਹ ਦੀ ਦਾ ਮੁਰਦਿਆਂ ਚੋਂ ਜੀ ਉੱਠਣਾ ਹੈ, ਇਹ ਸ਼ੈਤਾਨ ਤੇ ਉਸ ਦੇ ਚੇਲਿਆਂ ਦੇ ਲਈ ਇਸ ਦਾ ਕੀ ਮਤਲਬ ਹੈ? We'll talk about five things that mean the cross means to Satan.
ਅਸੀਂ ਉਹਨਾਂ ਪੰਜ ਗੱਲਾਂ ਦੇ ਉੱਤੇ ਧਿਆਨ ਦੇਵਾਂਗੇ ਜਿਹੜੀਆਂ ਸਲੀਬ ਦੇ ਉੱਤੇ ਹੋਈਆਂ। ਐਂਡ ਨੰਬਰ 1 ਇਜ਼ ਦੈਟ, ਪਹਿਲੀ ਗੱਲ ਜੋ ਹੈ, ਵੈਨ ਕ੍ਰਾਈਸਟ ਡਾਈਡ ਔਨ ਦ ਕ੍ਰਾਸ, ਜਦੋਂ ਪ੍ਰਭੂ ਯਿਸੂ ਮਸੀਹ ਸਲੀਬ ਤੇ ਮਰੇ, ਸੈਟਨਸ ਹੈਡ ਵਾਸ ਕੰਪਲੀਟਲੀ ਕ੍ਰਸ਼ਡ, ਤਾਂ ਸ਼ੈਤਾਨ ਦਾ ਜੋ ਸਿਰ ਸੀ ਉਹ ਕੁਚਲ ਦਿੱਤਾ ਗਿਆ। ਫਰੋਮ ਦ ਪਰਸਪੈਕਟਿਵ ਆਫ ਸੈਟਨ, ਸ਼ੈਤਾਨ ਦੇ ਨਜ਼ਰੀਏ ਨਾਲ ਜੇ ਦੇਖੀਏ, ਗੋਡ ਇਨ ਜੀਸਸ ਕ੍ਰਾਈਸਟ, ਪਰਮੇਸ਼ਵਰ ਨੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਬਾਈ ਸੈਕਰੀਫਾਈਸਿੰਗ ਹਿਸ ਸਨ ਔਨ ਦ ਕ੍ਰਾਸ, ਆਪਣੇ ਪੁੱਤਰ ਦੀ ਬਲੀ ਦਿੱਤੀ ਸਲੀਬ ਤੇ, ਹੈਸ ਨਾਓ ਕੰਪਲੀਟਲੀ ਕ੍ਰਸ਼ਡ ਸੈਟਨਸ ਹੈਡ, ਤਾਂ ਉਸਨੇ ਸ਼ੈਤਾਨ ਦਾ ਸਿਰ ਪੂਰੀ ਤਰ੍ਹਾਂ ਕੁਚਲ ਦਿੱਤਾ। ਹਾਊ ਡੂ ਵੀ ਨੋ ਦੈਟ, ਸਾਨੂੰ ਇਸ ਦਾ ਕਿਵੇਂ ਪਤਾ ਲੱਗਦਾ? ਵੀ ਨੀਡ ਟੂ ਗੋ ਬੈਕ ਟੂ ਥਾਊਜ਼ੰਡਸ ਆਫ ਇਅਰਸ ਅਗੋ ਵੈਨ ਗੋਡ ਕ੍ਰੀਏਟਡ ਦੀ ਹੈਵਨਸ ਦੀ ਅਰਥ ਐਂਡ ਹੀ ਕ੍ਰੀਏਟਡ ਦ ਮੈਨਕਾਈਂਡ, ਸਾਨੂੰ ਬਹੁਤ ਹਜ਼ਾਰਾਂ ਸਾਲ ਪਿੱਛੇ ਜਾਣਾ ਪਵੇਗਾ ਜਦੋਂ ਪਰਮੇਸ਼ਵਰ ਨੇ ਸ੍ਰਿਸ਼ਟੀ ਦੀ ਤੇ ਇਨਸਾਨ ਦੀ ਰਚਨਾ ਕੀਤੀ। ਸੋ ਇਨ ਦ ਗਾਰਡਨ ਆਫ ਈਡਨ, ਜੋ ਗਾਰਡਨ ਆਫ ਈਡਨ, ਵੈਨ ਐਵਰੀਥਿੰਗ ਵਾਸ ਗੋਇੰਗ ਗ੍ਰੇਟ, ਜਦੋਂ ਸਭ ਕੁਝ ਉਸ ਬਾਗ ਦੇ ਵਿੱਚ ਠੀਕ ਚੱਲ ਰਿਹਾ ਸੀ, ਇਟ ਵਾਸ ਲਿਟਰਲੀ ਅ ਪੈਰਾਡਾਈਸ, ਇਹ ਇੱਕ ਸਵਰਗ ਦੀ ਤਰ੍ਹਾਂ ਸੀ। ਐਂਡ ਇਨ ਦੈਟ ਇਨ ਚੈਪਟਰ 3 ਵੀ ਸੀ ਸੈਟਨ ਐਂਟਰਸ ਇਨਟੂ ਦ ਪਿਕਚਰ, ਉੱਥੇ 23 ਚੈਪਟਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੋ ਸ਼ੈਤਾਨ ਹੈ ਉਹ ਆ ਜਾਂਦਾ ਹੈ। ਐਂਡ ਵੈਨ ਸੈਟਨ ਹੈਜ਼ ਲੈਡ ਮੈਨਕਾਈਂਡ ਇਨਟੂ ਸਿਨ, ਜਦੋਂ ਸ਼ੈਤਾਨ ਨੇ ਆਦਮ ਨੂੰ ਪਾਪ ਦੇ ਵਿੱਚ ਉਹ ਲੈ ਗਿਆ, ਇਮੀਡੀਏਟਲੀ ਆਫਟਰ ਦੈਟ, ਇਕਦਮ ਉਸ ਦੇ ਬਾਅਦ, ਵੀ ਹੈਵ ਦਿਸ ਵਰਸ ਇਨ ਜੈਨੇਸਿਸ 3 ਐਂਡ ਵਰਸ 15, ਤਾਂ ਉਤਪਤੀ ਦੀ ਕਿਤਾਬ 3 ਦੀ 15 ਚ ਅਸੀਂ ਦੇਖਦੇ ਹਾਂ, ਗੋਡ ਹਿਮਸੈਲਫ ਐਡਰੈਸਸ ਸੈਟਨ, ਪਰਮੇਸ਼ਵਰ ਨੇ ਆਪ ਸ਼ੈਤਾਨ ਨੂੰ ਕਿਹਾ, ਗੋਡ ਇਜ਼ ਨਾਟ ਸਪੀਕਿੰਗ ਟੂ ਐਡਮ ਐਂਡ ਈਵ, ਬਟ ਹੀ ਇਜ਼ ਡਾਇਰੈਕਟਲੀ ਐਡਰੈਸਿੰਗ ਟੂ ਸੈਟਨ, ਪਰਮੇਸ਼ਵਰ ਆਦਮ ਤੇ ਹਵਾ ਨਾਲ ਨਹੀਂ ਗੱਲ ਕਰ ਰਿਹਾ, ਉਹ ਸ਼ੈਤਾਨ ਦੇ ਨਾਲ ਗੱਲ ਕਰ ਰਿਹਾ। ਇਨ ਫੈਕਟ ਦੈਟ ਵਾਸ ਦ ਫਰਸਟ ਮੈਸੇਜ ਆਫ ਗੋਡ ਟੂ ਦ ਹੋਲ ਮੈਨਕਾਈਂਡ, ਇਹ ਜਿਹੜਾ ਸਭ ਤੋਂ ਪਹਿਲਾਂ ਇਨਸਾਨੀਅਤ ਦੇ ਲਈ ਮੈਸੇਜ ਸੀਗਾ ਪਰਮੇਸ਼ਵਰ। ਐਂਡ ਇਨਸਟੈਡ ਆਫ ਕੰਡਮਨੇਸ਼ਨ, ਇਸ ਦੇ ਬਜਾਏ ਕਿ ਉਹ ਦੋਸ਼ ਲਗਾਉਂਦਾ, ਗੋਡ ਕਮਸ ਵਿਦ ਅ ਗੁੱਡ ਨਿਊਜ਼, ਹਾਲੇਲੂਇਆ, ਪਰਮੇਸ਼ਵਰ ਇੱਕ ਚੰਗੀ ਖਬਰ ਦੇ ਨਾਲ, ਦਿਸ ਵਾਸ ਦ ਫਰਸਟ ਗੋਸਪਲ ਮੈਸੇਜ ਐਵਰ ਪ੍ਰੀਚਡ ਔਨ ਥਿਸ ਅਰਥ, ਇਹ ਸਭ ਤੋਂ ਪਹਿਲਾ ਗੋਸਪਲ ਮੈਸੇਜ ਸੀ ਜੋ ਇਸ ਧਰਤੀ ਤੇ ਦਿੱਤਾ ਗਿਆ। ਐਂਡ ਦ ਪ੍ਰੀਚਰ ਵਾਸ ਗੋਡ ਯਹਵੇ ਹਿਮਸੈਲਫ, ਤੇ ਇਸ ਦਾ ਮੈਸੇਜ ਦੇਣ ਵਾਲਾ ਪਰਮੇਸ਼ਵਰ ਖੁਦ ਸੀ। ਐਂਡ ਗੋਡ ਕਮਸ ਵਿਦ ਅ ਗ੍ਰੇਟ ਨਿਊਜ਼, ਤੇ ਪਰਮੇਸ਼ਵਰ ਇੱਕ ਬਹੁਤ ਬੜੀ ਖੁਸ਼ਖਬਰੀ ਨਾਲ ਆਉਂਦਾ ਹੈ। ਐਂਡ ਐਸ ਸੂਨ ਐਸ ਦੀ ਮੈਨਕਾਈਂਡ ਹੈਜ਼ ਫਾਲਨ ਇਨਟੂ ਸਿਨ, ਜਦੋਂ ਇਨਸਾਨ ਜਾਤੀ ਜੋ ਸੀ ਉਹ ਪਾਪ ਦੇ ਵਿੱਚ ਪੈ ਗਈ, ਗੋਡ ਸੇਜ਼ ਟੂ ਸੈਟਨ, ਆਮ ਗੋਇੰਗ ਟੂ ਡੀਲ ਵਿਦ ਯੂ, ਪਰਮੇਸ਼ਵਰ ਜੋ ਹੈ ਸ਼ੈਤਾਨ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਦੇਖਾਂਗਾ। ਐਂਡ ਦਿਸ ਵੂਮੈਨਸ ਸੀਡ ਵਿਲ ਕ੍ਰਸ਼ ਯੋਰ ਹੈਡ, ਤੇ ਇਹ ਜੋ ਔਰਤ ਦਾ ਹੈਗਾ ਬੱਚਾ ਇਹ ਤੈਨੂੰ ਅੱਗੇ ਜਾ ਕੇ ਤੇਰੇ ਸਿਰ ਨੂੰ ਕੁਚਲੇਗਾ। ਯੂ ਵਿਲ ਬਰੂਇਜ਼ ਹਿਲ ਹਿਸ ਹੀਲ, ਤੂੰ ਉਸ ਦੀ ਅੱਡੀ ਦੇ ਉੱਤੇ ਡੰਗ ਮਾਰੇਗਾ, ਬਟ ਦ ਹੀਲ ਦੈਟ ਇਜ਼ ਬਰੂਇਜ਼ਡ, ਜਿਹੜੀ ਅੱਡੀ ਤੇ ਤੂੰ ਡੰਗ ਮਾਰੇਗਾ, ਇਜ਼ ਦ ਹੀਲ ਦੈਟ ਇਜ਼ ਗੋਇੰਗ ਟੂ ਕ੍ਰਸ਼ ਯੋਰ ਹੈਡ ਕੰਪਲੀਟਲੀ ਵਾਂਸ ਐਂਡ ਫੋਰਐਵਰ, ਉਹ ਜਿਹੜੀ ਅੱਡੀ ਹੈ ਉਹ ਤੇਰੇ ਸਿਰ ਨੂੰ ਪੂਰੀ ਤਰ੍ਹਾਂ ਕੁਚਲ ਦੇਵੇਗੀ ਹਮੇਸ਼ਾ ਦੇ ਲਈ। ਇਟ ਇਜ਼ ਦ ਗੋਸਪਲ ਇਨ ਅ ਸੀਡ ਇਨ ਅ ਇਨ ਅ ਕਰਨਲ, ਇਹ ਜਿਹੜਾ ਹੈ ਇੱਕ ਗੋਸਪਲ ਦਾ ਮੈਸੇਜ ਹੈ ਜਿਹੜਾ ਇੱਕ ਬੀਜ ਦੇ ਵਿੱਚ ਹੈ। ਇਟ ਇਜ਼ ਲਾਈਕ ਦੈਟ ਕਰਨਲ ਆਫ ਓਕ ਟ੍ਰੀ ਵਿਚ ਟਰਨਸ ਆਊਟ ਅਲਟੀਮੇਟਲੀ ਟੂ ਬੀ ਦ ਹਿਊਜ ਓਕ ਟ੍ਰੀ, ਇਹ ਇੱਕ ਛੋਟੇ ਜਿਹੇ ਉਸ ਬੀਜ ਦੀ ਤਰ੍ਹਾਂ ਹੁੰਦਾ ਹੈ ਜਿਹੜਾ ਜਾ ਕੇ ਇੱਕ ਬਹੁਤ ਬੜਾ ਬਾਅਦ ਵਿੱਚ ਬ੍ਰਿਕਸ਼ ਬਣ ਜਾਂਦਾ ਹੈ। ਐਂਡ ਜੀਸਸ ਵਾਸ ਨਾਟ ਦੇਅਰ ਇਨ ਦ ਪਿਕਚਰ ਯੈਟ, ਬਟ ਇਨ ਦ ਫਰਸਟ ਮੈਸੇਜ ਦੈਟ ਗੋਡ ਪ੍ਰੀਚਡ, ਜੇ ਇਸ ਮੈਸੇਜ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਕੋਈ ਜ਼ਿਕਰ ਨਹੀਂ ਹੈ, ਪਰ ਜਿਹੜਾ ਪਹਿਲਾ ਮੈਸੇਜ ਸੀ ਉਹ ਪਰਮੇਸ਼ਵਰ ਨੇ ਦਿੱਤਾ। ਹੀ ਸੇਜ਼ ਦੈਟ ਦਿਸ ਵੂਮਨ ਸੀਡ ਵਿਲ ਕਮ, ਉਹ ਕਹਿੰਦੇ ਨੇ ਇਸ ਔਰਤ ਦਾ ਜੋ ਬੀਜ ਹੈ ਉਹ ਆਵੇਗਾ। ਐਂਡ ਦੈਟ ਇਜ਼ ਜੀਸਸ ਕ੍ਰਾਈਸਟ ਵੈਨ ਹੀ ਵਾਸ ਬੋਰਨ ਥਾਊਜ਼ੰਡਸ ਆਫ ਇਅਰਸ ਲੇਟਰ ਇਨ ਬੈਥਲਹਮ ਐਜ਼ ਅ ਬੇਬ, ਇਹ ਉਹ ਪ੍ਰਭੂ ਯਿਸੂ ਮਸੀਹ ਦੇ ਬਾਰੇ ਜ਼ਿਕਰ ਹੋ ਰਿਹਾ ਹੈ ਜਿਹੜੇ ਹਜ਼ਾਰਾਂ ਸਾਲ ਬਾਅਦ ਬੈਥਲਹਮ ਦੇ ਵਿੱਚ ਪੈਦਾ ਹੋਏ। ਐਂਡ ਇੰਟਰਸਟਿੰਗਲੀ, ਅਤੇ ਇਸ ਨੂੰ ਅਸੀਂ ਦੇਖੀਏ, ਗੋਡ ਇਜ਼ ਐਡਰੈਸਿੰਗ ਸੈਟਨ, ਤੇ ਪਰਮੇਸ਼ਵਰ ਜੋ ਹੈ ਉਹ ਸ਼ੈਤਾਨ ਨੂੰ ਕਹਿ ਰਿਹਾ ਹੈ। ਐਂਡ ਹੀ ਡਸਨਟ ਸੇ ਦਿਸ ਵੂਮਨ ਸੀਡ ਵਿਲ ਕ੍ਰਸ਼ ਯੋਰ ਸੀਡ, ਉਹ ਇਹ ਨਹੀਂ ਕਹਿੰਦੇ ਕਿ ਇਹ ਔਰਤ ਦਾ ਬੀਜ ਜੋ ਹੈ ਤੇਰੇ ਬੀਜ ਨੂੰ ਖਤਮ ਕਰੇਗਾ। ਨੋ, ਇਟ ਸੇਜ਼, ਰੀਡ ਇਟ ਪਲੀਜ਼, ਉਹ ਇਸ ਨੂੰ ਪੜ੍ਹਿਆ ਤੁਸੀਂ, ਜੈਨੇਸਿਸ ਚੈਪਟਰ 3 ਐਂਡ ਵਰਸ 15, your head, hallelujah, not your seed, oh tere sir nu kuchlega, this woman's seed will crush your head, aurat da beej jo hai oh shaitan de sir nu kuchlega. So when Jesus was born as a woman's seed on in Bethlehem, jadon prabhu yesu masih us aurat de beej ban ke paida hoye, he went to the cross, oh sleep te gaye, and he crushed Satan's head,
ਉਹਨਾਂ ਨੇ ਸ਼ੈਤਾਨ ਦਾ ਜੋ ਸਿਰ ਸੀ ਉਸ ਨੂੰ ਕੁਚਲ ਦਿੱਤਾ। That day Satan's victory was done, who he thought was his victory was actually a defeat. ਉਹ ਜਿਹੜੇ ਸ਼ੈਤਾਨ ਸੋਚਦਾ ਕਿ ਉਸ ਦੀ ਹੁਣ ਜਿੱਤ ਹੋ ਗਈ ਹੈ, ਉਹ ਅਸਲ ਵਿੱਚ ਉਸ ਦੀ ਹਾਰ ਸੀ। You know, that's why Satan wanted Jesus never ever to go to the cross. ਸ਼ੈਤਾਨ ਕਦੀ ਨਹੀਂ ਚਾਹੁੰਦਾ ਸੀਗਾ ਕਿ ਪ੍ਰਭੂ ਯਿਸੂ ਮਸੀਹ ਸਲੀਬ ਤੇ ਜਾਣ। As soon as he was born, ਜਦੋਂ ਉਹ ਪੈਦਾ ਹੋਏ, Satan was using Herod so that he could finish off every child that was born, and for that thousands of children were killed. Shaitan jo si oh raja Herodes nu vart reya si is karke ki oh sare bachiyan nu maar dave. But then God led Joseph and Mary out of Israel and into Egypt when they were infants. Prabhu Yesu when Jesus was infant. ਪਰਮੇਸ਼ਵਰ ਨੇ ਜਦੋਂ ਪ੍ਰਭੂ ਯਿਸੂ ਮਸੀਹ ਛੋਟੇ ਸੀਗੇ, ਯੂਸਫ ਤੇ ਮਰੀਮ ਨੂੰ ਉਹ ਮਿਸਰ ਦੇਸ਼ ਵਿੱਚ ਲੈ ਕੇ ਗਏ ਕਿ ਉਹ ਬਚ ਜਾਣ। When Jesus started his ministry, ਪ੍ਰਭੂ ਯਿਸੂ ਮਸੀਹ ਨੇ ਜਦੋਂ ਆਪਣੀ ਸੇਵਾ ਸ਼ੁਰੂ ਕੀਤੀ, Remember the time that he spent in the wilderness fasting and praying for 40 days. ਉਸ ਸਮੇਂ ਨੂੰ ਤੁਸੀਂ ਯਾਦ ਕਰੋ ਜਦੋਂ ਉਹਨਾਂ ਨੇ 40 ਦਿਨ ਬਿਆਬਾਨ ਦੇ ਵਿੱਚ ਆਪਣਾ ਬਿਤਾਏ ਸੀਗੇ। And Satan comes with all kinds of schemes and temptations to lead Jesus into sin. ਤਾਂ ਸ਼ੈਤਾਨ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਪ੍ਰੀਖਿਆ ਵਿੱਚ ਪਾ ਕੇ ਉਹ ਭਟਕਾ ਦੇਵੇ। But then Jesus Christ rebukes him, get behind me Satan, get away from me, and I am going to fulfill the mission that God has sent me to. ਪ੍ਰਭੂ ਯਿਸੂ ਮਸੀਹ ਨੇ ਉਸ ਸਮੇਂ ਸ਼ੈਤਾਨ ਨੂੰ ਝਿੜਕ ਕੇ ਕਿਹਾ ਸੀ ਕਿ ਆ ਸ਼ੈਤਾਨ ਤੂੰ ਮੇਰੇ ਤੋਂ ਦੂਰ ਹੋ ਜਾ, ਮੈਂ ਪਰਮੇਸ਼ਵਰ ਦੇ ਉਹਨਾਂ ਵਚਨਾਂ ਨੂੰ ਪੂਰਾ ਕਰਨ ਆਇਆ ਹਾਂ। Then in the garden of Gethsemane, ਤਾਂ ਅਸੀਂ ਜਦੋਂ ਦੇਖਦੇ ਹਾਂ ਕਿ ਗਤਸਮਨੀ ਦੇ ਬਾਗ ਦੇ ਵਿੱਚ, When Jesus was about to be crucified, ਜਦੋਂ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਹੋਣ ਵਾਲੀ ਸੀ, We also see that on the night that Jesus was going to be hanged on the cross, he was struggling and wrestling with Satan. ਤੇ ਉਸ ਰਾਤ ਪਕੜਵਾਏ ਜਾਣ ਵਾਲੀ ਰਾਤ ਨੂੰ ਉਹ ਸ਼ੈਤਾਨ ਦੇ ਨਾਲ ਲੜ ਰਹੇ ਸੀਗੇ ਤੇ ਉਹ ਬਹੁਤ ਜੂਝ ਰਹੇ ਸੀਗੇ ਇਸ ਵਿਚਾਰ ਦੇ ਨਾਲ। Many people have portrayed beautiful paintings of Jesus praying in Gethsemane. ਤੇ ਬਹੁਤ ਕਈ ਕਲਾਕਾਰਾਂ ਨੇ ਜਿਹੜੀ ਹੈ ਪ੍ਰਭੂ ਯਿਸੂ ਮਸੀਹ ਦੀ ਬਹੁਤ ਸੋਹਣੀ ਤਸਵੀਰ ਬਣਾਈ ਹੈ ਕਿ ਉਹ ਗਤਸਮਨੀ ਬਾਗ ਦੇ ਵਿੱਚ ਪ੍ਰਾਰਥਨਾ ਕਰ ਰਹੇ ਆ। And most of the pictures and paintings and portraits that I have seen, they show him in very serene, beautiful surroundings with the impeccable clothing and just in the presence of God. ਤੇ ਉਹਨਾਂ ਤਸਵੀਰਾਂ ਦੇ ਵਿੱਚ ਅਸੀਂ ਦੇਖਿਆ ਹੈ ਕਿ ਉਹਨਾਂ ਨੂੰ ਬਹੁਤ ਸ਼ਾਂਤ ਸੁਭਾਅ ਵਿੱਚ ਬੈਠੇ, ਬਹੁਤ ਚੰਗੇ ਵਾਤਾਵਰਣ ਦੇ ਵਿੱਚ ਉਹ ਪ੍ਰਾਰਥਨਾ ਕਰ ਰਹੇ ਆ ਪਰਮੇਸ਼ਵਰ ਅੱਗੇ। But my dear friends, that portrait really does not convey the agony, the wrestling that Jesus Christ was going through with Satan that night. ਪਰ ਮੇਰੇ ਦੋਸਤੋ, ਇਹ ਉਸ ਤਸਵੀਰ ਵਿੱਚ ਬਿਲਕੁਲ ਸਾਨੂੰ ਨਜ਼ਰ ਨਹੀਂ ਆਉਂਦਾ ਇਸ ਤਰ੍ਹਾਂ ਕਿ ਪ੍ਰਭੂ ਯਿਸੂ ਮਸੀਹ ਕਿਸ ਤਰ੍ਹਾਂ ਉਸ ਸਮੇਂ ਜੂਝ ਰਹੇ ਸੀਗੇ ਪ੍ਰਾਰਥਨਾ ਦੇ ਵਿੱਚ। In Matthew's Gospel chapter 26, ਮੱਤੀ ਦੀ ਅੰਜੀਲ ਦੇ ਵਿੱਚ 26 ਬਾਬ ਦੇ ਵਿੱਚ ਅਸੀਂ ਦੇਖੀਏ। If somebody can read from 36 verse onwards, ਜੇ 36 ਆਇਤ ਤੋਂ ਅੱਗੇ ਜੇ ਕੋਈ ਪੜ੍ਹ ਸਕੇ। Jesus was very sad and troubled, and he said in my version it says in NIV verse 38, my soul is overwhelmed with sorrow to the point of death. Prabhu utthe likhya hai ki Prabhu Yesu Masih nu oh bahut udaas ho gaye te is gall nal behchain hoye te unna ne keha ki meri jaan itho tak digi jandi hai ki main maran nu ha. He was so overwhelmed with emotion and pain and agony. ਉਹਨਾਂ ਉੱਤੇ ਇੰਨਾ ਜ਼ਿਆਦਾ ਉਹ ਉਹਨਾਂ ਦਰਦ ਅਤੇ ਉਸ ਉਦਾਸੀ ਦੇ ਵਿੱਚ ਸੀਗੇ। That he didn't even want his disciples to see his face at that time. ਤਾਂ ਉਹ ਇਹ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੇ ਚੇਲੇ ਉਹਨਾਂ ਨੂੰ ਇਸ ਅਵਸਥਾ ਦੇ ਵਿੱਚ ਦੇਖਣ। So he left even the disciples and said, stay here, pray for me, and he went a stone's throw away and he wanted to be alone with God. ਉਹਨਾਂ ਨੇ ਚੇਲਿਆਂ ਨੂੰ ਪਿੱਛੇ ਛੱਡ ਦਿੱਤਾ, ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਪ੍ਰਾਰਥਨਾ ਕਰੋ, ਤੇ ਉਹ ਇਕੱਲੇ ਜਾ ਕੇ ਪ੍ਰਾਰਥਨਾ ਕਰਨ ਲੱਗੇ। And when he was agonizing, ਅਤੇ ਜਦੋਂ ਉਹ ਇਸ ਦੇ ਵਿੱਚੋਂ ਗੁਜ਼ਰ ਰਹੇ ਸੀਗੇ, he was literally struggling with Satan. ਉਹ ਬਹੁਤ ਸ਼ੈਤਾਨ ਦੇ ਨਾਲ ਜੂਝ ਰਹੇ ਸੀਗੇ ਉਸ ਸਮੇਂ। Because Satan wanted him not to take that path, not to go to the cross. ਕਿਉਂਕਿ ਸ਼ੈਤਾਨ ਚਾਹੁੰਦਾ ਸੀ ਕਿ ਉਹ ਉਸ ਸਲੀਬ ਦੇ ਉੱਤੇ ਨਾ ਜਾਣ। And Jesus was praying, Lord, let your will be done in my life. ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਪਿਤਾ ਪਰਮੇਸ਼ਵਰ ਤੇਰੀ ਮਰਜ਼ੀ ਮੇਰੀ ਜ਼ਿੰਦਗੀ ਚ ਪੂਰੀ ਹੋਵੇ। And as a human being he did say this. ਇਨਸਾਨ ਹੋਣ ਦੇ ਨਾਤੇ ਉਹਨਾਂ ਨੇ ਇਹ ਜ਼ਰੂਰ ਕਿਹਾ। Verse 39 please. 39 verse ਪੜਿਓ। If it is possible, may this cup be taken
from me. ਉਹਨੇ ਕਿਹਾ ਕਿ ਜੇ ਪਿਤਾ ਹੋ ਸਕੇ ਤਾਂ ਇਹ ਪਿਆਲਾ ਤੂੰ ਮੇਰੇ ਤੋਂ ਦੂਰ ਕਰ ਦੇ. He knew what torture was coming that night for him. ਉਹ ਜਾਣਦੇ ਸੀ ਕਿ ਉਸ ਰਾਤ ਉਹਨਾਂ ਨਾਲ ਕਿੰਨਾ ਬੁਰਾ ਹੋਣ ਵਾਲਾ ਸੀ. As the creator, he would be humiliated as no human being has ever been humiliated on this earth. ਸਭ ਕੁਝ ਬਣਾਉਣ ਵਾਲਾ ਹੋਣ ਦੇ ਕਰਕੇ ਵੀ ਉਹਨਾਂ ਨੂੰ ਬਹੁਤ ਬੇਇੱਜ਼ਤ ਹੋਣਾ ਪੈਣਾ ਸੀ. The cruelest that death that you can imagine, the torture that you can imagine, Jesus was about to go through that. ਤੇ ਜਿਹੜੀ ਸਭ ਤੋਂ ਬੁਰੀ ਮੌਤ ਤੇ ਭੈੜੀ ਮੌਤ ਹੈ ਉਸ ਸਾਰੇ ਦੇ ਵਿੱਚੋਂ ਪ੍ਰਭੂ ਯਿਸੂ ਮਸੀਹ ਨੂੰ ਗੁਜ਼ਰਨਾ ਪੈਣਾ ਸੀ. And Satan wanted him to get away from that. ਤੇ ਸ਼ੈਤਾਨ ਚਾਹੁੰਦਾ ਸੀ ਕਿ ਉਹ ਇਸ ਸਾਰੇ ਤੋਂ ਬਚ ਜਾਣ. And as a human being, Jesus didn't want to go through that. ਤੇ ਇਨਸਾਨ ਹੋਣ ਦੇ ਨਾਤੇ ਵੀ ਪ੍ਰਭੂ ਯਿਸੂ ਮਸੀਹ ਉਸ ਦੇ ਵਿੱਚੋਂ ਨਹੀਂ ਗੁਜ਼ਰਨਾ ਚਾਹੁੰਦੇ ਸੀ. He was so much struggling with that thought. ਉਹ ਇਸ ਗੱਲ ਦੇ ਨਾਲ ਬਹੁਤ ਸੰਘਰਸ਼ ਕਰ ਰਹੇ ਸੀਗੇ. That his blood came out in the form of sweat. ਕਿ ਉਹਨਾਂ ਦਾ ਜੋ ਪਸੀਨਾ ਸੀ ਉਹ ਖੂਨ ਦੀਆਂ ਬੂੰਦਾਂ ਦੇ ਵਿੱਚ ਬਾਹਰ ਆਇਆ. Can you imagine that? ਤੁਸੀਂ ਇਸ ਗੱਲ ਨੂੰ ਸੋਚ ਸਕਦੇ ਹੋ. It's not just a physical pain and torture. ਇਹ ਸਿਰਫ ਇੱਕ ਸਰੀਰਕ ਦਰਦ ਨਹੀਂ ਸੀ. But a spiritual, emotional trouble and pain and agony that Jesus was going through at that moment. ਇਹ ਇੱਕ ਆਤਮਿਕ ਦਰਦ ਤੇ ਤਕਲੀਫ ਸੀ ਜਿਹਦੇ ਵਿੱਚੋਂ ਪ੍ਰਭੂ ਯਿਸੂ ਮਸੀਹ ਨਿਕਲ ਰਹੇ ਸੀ. In 1 John chapter 3 and verse 8, ਪਹਿਲੇ ਯਹੋਨਾ ਦੇ 3 ਦੇ 8 ਚ ਅਸੀਂ ਦੇਖੀਏ, who does what is sinful is of the devil. ਜੋ ਬੁਰਾ ਕਰਦਾ ਹੈ ਉਹ ਪਰਮੇਸ਼ਵਰ ਉਹ ਸ਼ੈਤਾਨ ਦੇ ਵੱਲੋਂ ਹੈ. Because the devil has been sinning from the beginning. ਕਿਉਂ ਜੋ ਇਹ ਸ਼ੈਤਾਨ ਹੈ ਸ਼ੁਰੂ ਤੋਂ ਹੀ ਪਾਪ ਕਰਦਾ ਆਇਆ ਹੈ. The reason the son of God appeared was to destroy the devil's work. ਜੋ ਪਰਮੇਸ਼ਵਰ ਦਾ ਪੁੱਤਰ ਸੀ ਉਹ ਇਸ ਲਈ ਆਇਆ ਕਿ ਸ਼ੈਤਾਨ ਦੇ ਕੰਮਾਂ ਨੂੰ ਖਤਮ ਕਰ ਦੇਵੇ. So Jesus that night in Gethsemane even before his death was about to destroy the works of the devil. ਉਸ ਰਾਤ ਗੇਤਸਮਨੀ ਦੇ ਬਾਗ ਦੇ ਵਿੱਚ ਪ੍ਰਭੂ ਯਿਸੂ ਮਸੀਹ ਸ਼ੈਤਾਨ ਦੇ ਸਾਰੇ ਕੰਮਾਂ ਨੂੰ ਖਤਮ ਕਰਨ ਵਾਲੇ ਸੀਗੇ. So on thirdly, we see on the cross, ਤੀਸਰਾ ਜੋ ਅਸੀਂ ਦੇਖਦੇ ਹਾਂ, Satan's power over death was completely broken. ਸ਼ੈਤਾਨ ਦੀ ਜੋ ਤਾਕਤ ਸੀ ਮੌਤ ਦੇ ਉੱਤੇ ਉਹ ਪੂਰੀ ਤਰ੍ਹਾਂ ਨਾਲ ਖਤਮ ਹੋ ਗਈ. So all of us fear death, don't we? ਸਾਨੂੰ ਸਾਰਿਆਂ ਨੂੰ ਮੌਤ ਤੋਂ ਡਰ ਲੱਗਦਾ ਹੈ. Especially we Indians, we don't like to talk about death. ਖਾਸ ਤੌਰ ਤੇ ਅਸੀਂ ਇੰਡੀਅਨ ਲੋਕ ਜਿਹੜੇ ਹਾਂ ਅਸੀਂ ਮੌਤ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ. And on the other hand, Canadians prepare everything beforehand. ਅਤੇ ਦੂਜੇ ਪਾਸੇ ਕੈਨੇਡੀਅਨ ਲੋਕ ਹੈ ਜਿਹੜੇ ਉਹ ਆਪਣੀ ਮੌਤ ਦਾ ਸਾਰਾ ਸਮਾਨ ਪਹਿਲੇ ਤਿਆਰ ਕਰ ਲੈਂਦੇ ਹਨ. My wife and I recently attended a seminar conducted by the Trinity funeral home. ਭਾਈ ਸਾਹਿਬ ਤੇ ਉਹਨਾਂ ਦੀ ਵਾਈਫ ਨੇ ਇੱਕ ਟ੍ਰਿਨਿਟੀ ਫਿਊਨਰਲ ਹੋਮ ਨੇ ਇੱਕ ਸੈਮੀਨਾਰ ਆਯੋਜਿਤ ਕੀਤਾ ਸੀ ਉੱਥੇ ਗਏ. They provided us with lots of important information. ਉਹਨਾਂ ਨੇ ਬਹੁਤ ਜ਼ਰੂਰੀ ਜਾਣਕਾਰੀ ਉੱਥੇ ਦਿੱਤੀ. How to prepare for your death. ਤੁਸੀਂ ਆਪਣੀ ਮੌਤ ਦੇ ਲਈ ਕਿੱਦਾਂ ਤਿਆਰ ਹੋਣਾ ਹੈ. How to prepare for your funeral. ਤੁਸੀਂ ਆਪਣੇ ਫਿਊਨਰਲ ਦੇ ਲਈ ਕਿਵੇਂ ਤਿਆਰ ਹੋਣਾ. What we should arrange beforehand. ਅਸੀਂ ਪਹਿਲਾਂ ਹੀ ਉਸ ਦੀ ਤਿਆਰੀ ਕਿਸ ਤਰ੍ਹਾਂ ਕਰ ਸਕਦੇ ਹਾਂ. ਐਂਡ ਦੇਅਰ ਵਾਸ ਅਨਦਰ ਲੇਡੀ ਐਕਚੁਅਲੀ ਹੂ ਕੇਮ ਫਰਮ ਅਨਦਰ ਫਿਊਨਰਲ ਹੋਮ, ਸ਼ੀ ਵਾਂਟਡ ਟੂ ਸੈਲ ਅਸ ਅ ਲੋਟ. ਤੇ ਦੂਸਰੇ ਇੱਕ ਹੋਰ ਫਿਊਨਰਲ ਹੋਮ ਤੇ ਉੱਥੇ ਇੱਕ ਔਰਤ ਆਈ ਸੀ ਜਿਹੜੀ ਸਾਨੂੰ ਜਗ੍ਹਾ ਵੇਚਣੀ ਚਾਹੁੰਦੀ ਸੀ ਸਾਡੀ ਕਬਰ ਦੇ ਲਈ. ਇਨ ਫੈਕਟ ਵੀ ਆਲਮੋਸਟ ਡਿਸਾਈਡਡ, ਅਸੀਂ ਤਕਰੀਬਨ ਰਾਜ਼ੀ ਹੋ ਗਏ ਇਸ ਗੱਲ ਤੇ. ਇਟਸ ਓਨਲੀ $3,000. ਕਿਉਂਕਿ ਉਹ ਸਿਰਫ 3,000 ਦੀ ਜਗ੍ਹਾ. ਐਂਡ ਯੂ ਕੈਨ ਲੌਕ ਇਨ ਦ ਪ੍ਰਾਈਸ ਰਾਈਟ ਨਾਓ. ਯੂ ਮੇ ਡਾਈ 30 ਇਅਰਸ ਲੇਟਰ ਬਟ ਦ ਪ੍ਰਾਈਸ ਵਿਲ ਬੀ ਦ ਸੇਮ. ਉਹ ਕਹਿੰਦੇ ਤੁਸੀਂ ਜਦੋਂ ਮਰਜ਼ੀ ਮਰੋ ਪਰ ਤੁਹਾਡੀ ਕੀਮਤ ਅੱਜ ਹੀ ਅਸੀਂ ਫਿਕਸ ਕਰ ਦੇਵਾਂਗੇ. So but we fear death. ਪਰ ਸਾਨੂੰ ਮੌਤ ਤੋਂ ਡਰ ਲੱਗਦਾ ਹੈ. When we talk to our kids about it, they say, no, you're not going to do that. ਜਦੋਂ ਅਸੀਂ ਆਪਣੇ ਬੱਚਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਨਹੀਂ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ. Don't even talk about it. ਉਹ ਕਹਿੰਦੇ ਇਸ ਦੀ ਗੱਲ ਵੀ ਨਾ ਕਰੋ ਤੁਸੀਂ. Because as Indians, we don't like to talk. ਕਿਉਂਕਿ ਅਸੀਂ ਜੋ ਹਿੰਦੁਸਤਾਨੀ ਲੋਕ ਹਾਂ ਅਸੀਂ ਮੌਤ ਬਾਰੇ ਗੱਲ ਕਰਨਾ ਵੀ ਪਸੰਦ ਨਹੀਂ ਕਰਦੇ. But whether you are Indian or white or Canadian or Caucasian, everybody fears death. ਤੁਸੀਂ ਚਾਹੇ ਜਿਸ ਮਰਜ਼ੀ ਰੰਗ ਤੇ ਨਸਲ ਦੇ ਹੋ ਸਾਰਿਆਂ ਨੂੰ ਮੌਤ ਤੋਂ ਡਰ ਲੱਗਦਾ ਹੈ. That's why we take medicines. ਤਾਂ ਹੀ ਅਸੀਂ ਦਵਾਈਆਂ ਖਾਂਦੇ ਹਾਂ. That's why we have surgeries. ਤਾਂ ਹੀ ਸਾਡੇ ਆਪਰੇਸ਼ਨ ਹੁੰਦੇ ਆ. That's why we take lots of drugs. ਤਾਂ ਹੀ ਬਹੁਤ ਸਾਰੀਆਂ ਦਵਾਈਆਂ ਸਾਨੂੰ ਖਾਣੀਆਂ ਪੈਂਦੀਆਂ. Some people want to prolong their life with cosmetics. ਕੁਝ ਲੋਕ ਮੇਕਅਪ ਕਰਕੇ ਆਪਣੇ ਚਿਹਰੇ ਤੇ ਜੰਗ ਜਵਾਨ ਦਿਖਣਾ ਚਾਹੁੰਦੇ ਨੇ. And the most expensive creams that you can buy is about those that will show you young and energetic and that will prolong your life. ਤੇ ਜਿਹੜੀ ਔਰਤਾਂ ਆਪਣੇ ਚਿਹਰੇ ਤੇ ਲਗਾਉਂਦੀਆਂ ਨੇ. ਔਰਤਾਂ ਨਹੀਂ ਆਦਮੀ ਵੀ ਲਗਾਉਂਦੇ ਆ ਅੱਜ ਕੱਲ੍ਹ. ਕਈ ਇਸ ਤਰ੍ਹਾਂ ਦੇ ਚਿਹਰੇ ਉੱਤੇ ਕਰੀਮਾਂ ਲਗਾਈਆਂ ਜਾਂਦੀਆਂ ਜਿਨ੍ਹਾਂ ਦੇ ਨਾਲ ਉਹ ਜਵਾਨ ਦਿਖਣ. What did Jesus Christ do on the cross? ਪ੍ਰਭੂ ਯਿਸੂ ਮਸੀਹ ਨੇ ਸਲੀਬ ਤੇ ਕੀ ਕੀਤਾ? Satan thought through death he has now finished everything and death is his forte, he will control the world now. ਸ਼ੈਤਾਨ ਨੇ ਸੋਚਿਆ ਕਿ ਹੁਣ ਮੌਤ ਦੇ
कारण वो इस पूरी दुनिया दे उते जित प्राप्त कर लेगा। In Hebrews chapter 2 and verse 14 to 15, इब्रानियों की किताब 2 दी 14 ते 15 च असी देखिए। If anybody can read that for us, please. जी प्लीज कोई पढ़ दे। Who has the power over death? मौत दे उते किसका काबू है? वो शैतान दा। The devil had. शैतान है। It was not God's purpose to bring death into this world. परमेश्वर दा ये योजना परमेश्वर दी नहीं सी कि वो मौत नु इस दुनिया विच ले आवे। It was not God's purpose intention to bring sicknesses and sin into this world. ये परमेश्वर दा प्लान नहीं सी कि वो बीमारी इस दुनिया ते दुख इस दुनिया विच ले आवे। Satan brought sin. शैतान ने जो सी वो पाप नु इस दुनिया च ले आंदा। Resulting into sickness. अते उस दा नतीजा की निकलया कि बीमारी होई। And ultimately in death. अते उस तो बाद मौत आई। Jesus Christ reversed that order. प्रभु यीशु मसीह ने उस सारे नु उल्टा कर दिता। Because he became flesh and blood like you and me. वो एक शरीर ते खून बन के इस दुनिया विच साडी तरह आया। And he suffered in his body. उसने अपने शरीर दे विच बहुत दुख उठाया। To the point of death. इत्थों तक कि मौत तक। In doing so on the cross. अते उसने जो सलीब उत्ते कीता। He destroyed death and Satan forever. Hallelujah. उसने मौत ते शैतान नु हरा दिता हमेशा दे लई। So death is our now greatest fear and God has in Jesus Christ removed that fear. Hallelujah. अते शैतान दे उत्ते जित प्राप्त करके प्रभु यीशु मसीह ने इस मौत नु जित लिया। So Satan knows it. शैतान नु इस गल दा पता है। He has no power over death now. कि उसका मौत दे उत्ते कोई अधिकार नहीं। So what he does? वो की करता है? He gives us fear of death. वो सानू मौत दा डर देंदा है। And he keeps us under that fear as long as he can keep. अते वो इस डर थले सानू उदों तक रखना चाहुंदा है जदों तक वो रख सके। But I want you to share the good news with you this afternoon. पर मैं अज तुहाडे नाल एक खुशखबरी तुहानू। Because of the cross of Jesus Christ. प्रभु यीशु मसीह दी जो सलीब है उस करके। You need to understand something now. तुहानू कुछ समझण दी जरूरत है। Satan has no power over you. शैतान दा तुहाडे उत्ते कोई अधिकार नहीं। Satan has no power over death. शैतान दा जो है मौत उत्ते कोई अधिकार नहीं है। He cannot kill you. वो किसे नु नहीं मार सकता। Hallelujah. Hallelujah. Oh, I think you would shout hallelujah, but you think Satan cannot kill you. You don't have to live in that fear of death. तुहानू इस डर विच हुण जीण दी जरूरत नहीं कि शैतान तुहानू मार देवेगा। Because this death that is coming for sure for us. जेड़ी मौत सानू आनी ही है। It is just a step to get closer to our living God. उस तरह है जो असि परमेश्वर दे होर नजदीक चले जाना है। It was John Wesley, the founder of Methodist Church. जिसने Methodist Church नु बनाया सी। He used to say. उन्होंने कहा। He said, "Our people, Methodist people." उन्होंने कहा कि साडे लोग। They have learned to die well. उन्होंने कहा कि उन्होंने हुण मरना सीख लिया है। Yeah, what it means, they are not afraid of death. उन्होंने कहा कि उन्होंने हुण मौत तो कोई डर नहीं। They want to live a good life. वो एक चंगा जीवन जीना चाहते हैं। And so that they are not afraid of death. ताकि वो मौत तो ना डरन। Because they will go immediately into the presence of God as soon as they pass through this death. क्योंकि वो इस मौत दे दूजे पासे परमेश्वर दे अगे एकदम चले जाएंगे। So you don't have to fear death in any case, my dear friends. तुहानू किसी भी हालत विच मौत तो डरन दी जरूरत नहीं। You need to shout hallelujah for that because there are many thousands and millions of people today. They living in that fear. ਤੁਹਾਨੂੰ ਇਸ ਗੱਲ ਲਈ ਹਾਲੇਲੂਯਾ ਜ਼ਰੂਰ ਕਹਿਣਾ ਚਾਹੀਦਾ ਹੈ ਕਿਉਂਕਿ ਬਹੁਤ ਲੋਕ ਇਸ ਡਰ ਵਿੱਚ ਜੀ ਰਹੇ ਨੇ। And Christ on the cross by defeating Satan has freed you from that fear. ਅਤੇ ਪ੍ਰਭੂ ਯਿਸੂ ਮਸੀਹ ਨੇ ਉਸ ਸਲੀਬ ਦੇ ਉੱਤੇ ਜਾਨ ਦੇ ਕੇ ਤੁਹਾਨੂੰ ਪੂਰੀ ਮੁਕਤੀ ਦੇ ਦਿੱਤੀ ਇਸ ਡਰ ਤੋਂ। Nobody can take your life. ਕੋਈ ਤੁਹਾਡੀ ਜ਼ਿੰਦਗੀ ਤੁਹਾਡੇ ਤੋਂ ਲੈ ਨਹੀਂ ਸਕਦਾ। No sickness can take your life. ਕੋਈ ਬਿਮਾਰੀ ਤੁਹਾਡੀ ਜ਼ਿੰਦਗੀ ਨਹੀਂ ਲੈ ਸਕਦੀ। Unless God permits it. ਜਦੋਂ ਤੱਕ ਪਰਮੇਸ਼ਵਰ ਆਗਿਆ ਨਾ ਦੇਵੇ। Don't be in fear of any demons. ਤੁਸੀਂ ਕਿਸੇ ਵੀ ਸ਼ੈਤਾਨ ਦੀਆਂ ਤਾਕਤਾਂ ਦੇ ਉਸ ਦੇ ਡਰ ਵਿੱਚ ਨਾ ਰਹੋ। Don't be in fear of any authority appointed by Satan in this earth. ਜੋ ਸ਼ੈਤਾਨ ਨੇ ਆਪਣੀ ਹਕੂਮਤ ਇਸ ਧਰਤੀ ਉੱਤੇ ਰੱਖੀ ਹੈ ਉਸ ਤੋਂ ਨਾ ਤੁਸੀਂ ਡਰੋ। Nobody, however great he or she may be, has power over my body, my life. Only when God permits it, I will see him in heaven. ਕੋਈ ਵੀ ਮੇਰੇ ਸਰੀਰ ਉੱਤੇ ਅਧਿਕਾਰ ਜਾਂ ਕੰਟਰੋਲ ਨਹੀਂ ਕਰ ਸਕਦਾ ਜਦੋਂ ਤੱਕ ਪਰਮੇਸ਼ਵਰ ਉਸ ਦਾ ਕੰਟਰੋਲ ਨਾ ਦੇਵੇ। So Satan wants to bring fear in our lives. ਸੋ ਸ਼ੈਤਾਨ ਜੋ ਹੈ ਸਾਡੀਆਂ ਜ਼ਿੰਦਗੀਆਂ ਵਿੱਚ ਡਰ ਲਿਆਉਣਾ ਚਾਹੁੰਦਾ ਹੈ। And God has released us from that. परमेश्वर ने सानू उस तो आजाद कर दिता। In 1 Corinthians and chapter 15 and verse 56. पहले कुरिन्थियों दे 15 दे 56 आयत विच असी देखांगे। Thanks be to God who
has led us into victory. Hallelujah. We are not defeated people. And then one more verse. John chapter 11 and verse 26. ਯੋਹਨਾ ਦੀ ਕਿਤਾਬ 11 ਦੀ 26 ਆਇਤ ਵੀ ਅਸੀਂ ਦੇਖੀਏ। Jesus himself said, ਪ੍ਰਭੂ ਯਿਸੂ ਨੇ ਖੁਦ ਕਿਹਾ, whoever believes in me, ਜੋ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, shall never die, ਉਹ ਕਦੀ ਮਰੇਗਾ ਨਹੀਂ। Does that mean you and I are going to live on this earth forever? ਇਸ ਦਾ ਇਹ ਮਤਲਬ ਹੈ ਕਿ ਅਸੀਂ ਹਮੇਸ਼ਾ ਇਸ ਧਰਤੀ ਉੱਤੇ ਜਿਉਂਦੇ ਰਹਾਂਗੇ? That's not what it means. ਇਸ ਦਾ ਇਹ ਮਤਲਬ ਨਹੀਂ ਹੈ। But we will live forever. ਪਰ ਅਸੀਂ ਹਮੇਸ਼ਾ ਤੱਕ ਜੀਵਾਂਗੇ। In some other place. ਪਰ ਕਿਸੇ ਹੋਰ ਜਗ੍ਹਾ ਤੇ। So death is just a passing phase from this earth to the next life that God has granted to us through Jesus Christ on the cross. ਤਾਂ ਇਹ ਮੌਤ ਸਿਰਫ ਸਾਨੂੰ ਇਸ ਜ਼ਿੰਦਗੀ ਤੋਂ ਇੱਕ ਦੂਸਰੀ ਜ਼ਿੰਦਗੀ ਵਿੱਚ ਲੈ ਜਾਵੇਗੀ, ਉਹ ਜ਼ਿੰਦਗੀ ਜਿਹੜੀ ਪ੍ਰਭੂ ਯਿਸੂ ਮਸੀਹ ਨੇ ਸਲੀਬ ਦੇ ਉੱਤੇ ਮਰ ਕੇ ਦਿੱਤੀ। Instead of being in fear of what Satan tells me, ਬਜਾਏ ਇਸ ਦੇ ਕਿ ਅਸੀਂ ਇਸ ਡਰ ਵਿੱਚ ਰਹੀਏ ਜੋ ਸ਼ੈਤਾਨ ਕਹਿੰਦਾ ਹੈ, I should live with the joy and confidence that Jesus Christ gives me. ਮੈਂ ਉਸ ਖੁਸ਼ੀ ਤੇ ਆਨੰਦ ਨਾਲ ਜੀਵਾਂਗਾ ਜੋ ਪਰਮੇਸ਼ਵਰ ਪ੍ਰਭੂ ਯਿਸੂ ਨੇ ਮੈਨੂੰ ਦਿੱਤਾ ਹੈ. And the confidence that I shall live forever. ਅਤੇ ਉਸ ਭਰੋਸੇ ਨਾਲ ਮੈਂ ਹਮੇਸ਼ਾ ਜੀਵਾਂਗਾ. And fourthly, ਚੌਥਾ ਅਸੀਂ ਦੇਖੀਏ, Friends, when Jesus Christ died, ਜਦੋਂ ਪ੍ਰਭੂ ਯਿਸੂ ਮਸੀਹ ਦੀ ਮੌਤ ਹੋਈ, Satan's prisoners were freed from him. ਜਿਹੜੇ ਸ਼ੈਤਾਨ ਦੇ ਜੋ ਬੰਦੀ ਸੀਗੇ, ਗੁਲਾਮ ਸੀਗੇ, ਉਹ ਉਸ ਤੋਂ ਮੁਕਤ ਹੋ ਗਏ. He has bound some people in fear. ਉਸਨੇ ਬਹੁਤ ਲੋਕਾਂ ਨੂੰ ਜਿਹੜੇ ਸੀ ਉਹ ਡਰ ਦੇ ਵਿੱਚ ਕੈਦ ਕੀਤਾ ਸੀ. And he has bound some people in sin. ਅਤੇ ਕੁਝ ਲੋਕਾਂ ਨੂੰ ਉਸਨੇ ਜਿਹੜੇ ਪਾਪ ਸੀ ਉਹਦੇ ਵਿੱਚ ਬੰਨਿਆ ਸੀ. He has Satan has bound some people in addictions. ਬਹੁਤ ਲੋਕਾਂ ਨੂੰ ਸ਼ੈਤਾਨ ਨੇ ਜੋ ਸੀ ਕਿਸੇ ਤਰ੍ਹਾਂ ਦੀ ਲੱਤ ਦੇ ਵਿੱਚ ਬੰਦ ਕੀਤਾ ਸੀ. But in Luke chapter 4 and verse 18, ਲੂਕਾ ਦੀ 4 ਦੀ 18 ਚ ਅਸੀਂ ਦੇਖੀਏ. Please read someone. Luke chapter 4 verse 18. Please ਪੜ੍ਹਦੇ ਹੋ ਤੁਸੀਂ 4 ਦੀ 18 ਲੂਕਾ ਦੀ? Yeah. So Jesus Christ said he has been sent to set the captives free. ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਉਹਨਾਂ ਨੂੰ ਜਿਹੜੇ ਬੰਦੀ ਸੀ ਉਹਨਾਂ ਨੂੰ ਛੁਡਾਉਣ ਲਈ ਭੇਜਿਆ ਗਿਆ. Who are these people who are captive? ਉਹ ਇਹ ਜਿਹੜੇ ਬੰਦੀ ਸੀਗੇ ਉਹ ਕੌਣ ਸੀਗੇ? This is you and my human beings, my dear friends. ਇਹ ਅਸੀਂ ਇਨਸਾਨ ਲੋਕ ਹਾਂ. You and I who have been bound by Satan in our sins. ਅਸੀਂ ਉਹ ਬੰਦੀ ਹਾਂ ਜਿਨ੍ਹਾਂ ਨੂੰ ਸ਼ੈਤਾਨ ਨੇ ਸਾਡੇ ਗੁਨਾਹਾਂ ਦੇ ਵਿੱਚ ਬੰਦ ਕਰ ਦਿੱਤਾ. We do what Satan wants us to do. ਅਸੀਂ ਉਹ ਕਰਦੇ ਹਾਂ ਜੋ ਸ਼ੈਤਾਨ ਸਾਡੇ ਤੋਂ ਕਰਵਾਉਣਾ ਚਾਹੁੰਦਾ ਹੈ. We do not do what God wants us to do. ਅਸੀਂ ਉਹ ਨਹੀਂ ਕਰਦੇ ਜੋ ਪਰਮੇਸ਼ਵਰ ਚਾਹੁੰਦਾ ਹੈ ਕਿ ਅਸੀਂ ਕਰੀਏ. It is Satan who leads us into sinfulness. ਇਹ ਸ਼ੈਤਾਨ ਹੈ ਜੋ ਬੁਰੀਆਂ ਗੱਲਾਂ ਦੇ ਵਿੱਚ, ਪਾਪ ਦੇ ਵਿੱਚ ਸਾਨੂੰ ਲੈ ਕੇ ਜਾਂਦਾ ਹੈ. The lost people in this world, ਜਿਹੜੇ ਆਖਰੀ ਲੋਕ ਹੋਏ ਇਸ ਦੁਨੀਆ ਦੇ ਉੱਤੇ, ਆਰ ਐਨਸਲੇਵਡ ਟੂ ਦ ਡੈਵਲ, ਦੇ ਆਰ ਕੈਪਟਿਵ ਇਨ ਡੈਵਲਸ ਹੈਂਡ. ਉਹ ਜਿਹੜੇ ਸੀ ਸ਼ੈਤਾਨ ਦੇ ਹੱਥਾਂ ਦੇ ਵਿੱਚ ਉਹ ਪੈ ਗਏ. And Christ Jesus came to free them all. Hallelujah. ਪ੍ਰਭੂ ਯਿਸੂ ਮਸੀਹ ਜਿਹੜੇ ਸੀ ਉਹਨਾਂ ਨੂੰ ਆਜ਼ਾਦ ਕਰਨ ਆਏ. He came to open the prison doors. ਪ੍ਰਭੂ ਯਿਸੂ ਨੇ ਜੈਸੀ ਉਹ ਜੇਲ੍ਹ ਦਾ ਦਰਵਾਜ਼ਾ ਖੋਲ ਦਿੱਤਾ. He came to give us freedom. ਉਹਨਾਂ ਨੇ ਸਾਨੂੰ ਆਜ਼ਾਦੀ ਦੇ ਦਿੱਤੀ. He came to give us the abundant life. ਉਹਨਾਂ ਨੇ ਸਾਨੂੰ ਭਰਪੂਰੀ ਦਾ ਜੀਵਨ ਦੇ ਦਿੱਤਾ. He came to lift us up from the mediocre life. ਉਹਨਾਂ ਨੇ ਜਿਹੜੀ ਸਾਡੀ ਜ਼ਿੰਦਗੀ ਸੀ ਵਿੱਚ ਪਈ, ਉਹਨੂੰ ਉਹਨਾਂ ਨੇ ਉਸ ਤੋਂ ਆਜ਼ਾਦੀ ਦੇ ਦਿੱਤੀ. The ordinary life that we are so happy to live, he came to release us from that so that we can live abundant life right here on this earth. ਜਿਹੜਾ ਬਹੁਤ ਸਧਾਰਨ ਜੀਵਨ ਅਸੀਂ ਜੀ ਕੇ ਖੁਸ਼ ਸੀਗੇ, ਉਹਨਾਂ ਨੇ ਉਸ ਤੋਂ ਆਜ਼ਾਦੀ ਦੇ ਕੇ ਸਾਨੂੰ ਭਰਪੂਰੀ ਦਾ ਜੀਵਨ ਦਿੱਤਾ. So when Jesus Christ died on the cross, my dear friends, ਪ੍ਰਭੂ ਯਿਸੂ ਮਸੀਹ ਜਦੋਂ ਸਲੀਬ ਤੇ ਮਰ ਗਏ, he released the Satan's captive free that he had kept in captivity forever. ਉਹਨਾਂ ਨੇ ਉਹ ਜਿਹੜੇ ਸ਼ੈਤਾਨ ਦੇ ਬੰਦੀ ਬਣਾਏ ਹੋਏ ਲੋਕ ਸੀ ਉਹਨਾਂ ਸਾਰਿਆਂ ਨੂੰ ਆਜ਼ਾਦੀ ਦੇ ਦਿੱਤੀ. What is your captivity today? ਤਾਂ ਤੁਸੀਂ ਕਿਸ ਚੀਜ਼ ਦੇ ਵਿੱਚ ਬੰਦ ਹੋ? What kind of freedom are you looking for? ਤੁਸੀਂ ਕਿਸ ਤਰ੍ਹਾਂ ਦੀ ਆਜ਼ਾਦੀ ਚਾਹੁੰਦੇ ਹੋ? Maybe it's a freedom from your addictions. ਹੋ ਸਕਦਾ ਹੈ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਲੱਤ ਹੈ, ਉਸ ਤੋਂ ਤੁਹਾਨੂੰ ਆਜ਼ਾਦੀ ਚਾਹੀਦੀ ਹੈ. Maybe it's a freedom from your sins that refuse to leave you. ਹੋ ਸਕਦਾ ਉਹ ਇਸ ਤਰ੍ਹਾਂ ਦੇ ਪਾਪ ਆ ਜਿਹੜੇ ਤੁਹਾਨੂੰ ਛੱਡਣਾ ਨਹੀਂ ਚਾਹੁੰਦੇ. On the cross of Jesus Christ, God has released you from those. ਪ੍ਰਭੂ ਯਿਸੂ ਮਸੀਹ ਨੇ ਉਸ ਸਲੀਬ ਦੇ ਉੱਤੇ ਉਹਨਾਂ ਸਾਰਿਆਂ ਤੋਂ ਤੁਹਾਨੂੰ ਆਜ਼ਾਦੀ ਦੇ ਦਿੱਤੀ. Satan has no power over those lives that are now under his captivity. He has released them. Hallelujah. ਸੋ ਸ਼ੈਤਾਨ ਦਾ ਉਹਨਾਂ ਜ਼ਿੰਦਗੀਆਂ ਦੇ ਉੱਤੇ ਕੋਈ ਅਧਿਕਾਰ ਨਹੀਂ ਹੈ, ਉਹਨਾਂ ਨੂੰ ਪ੍ਰਭੂ ਯਿਸੂ ਨੇ ਛੁਡਾ ਲਿਆ ਹੈ। ਐਂਡ ਨੰਬਰ 5 ਲਾਸਟਲੀ, ਪੰਜਵਾਂ ਅਸੀਂ ਦੇਖੀਏ, ਵੈਨ ਕ੍ਰਾਈਸਟ ਡਾਈਡ ਔਨ ਦ ਕ੍ਰਾਸ, ਜਦੋਂ ਪ੍ਰਭੂ ਯਿਸੂ ਮਸੀਹ ਸਲੀਬ ਤੇ ਮਰੇ, ਦ ਡੀਮਨਸ ਵਰ ਡਿਸਆਰਮਡ, ਜਿਹੜੇ ਸ਼ੈਤਾਨ ਤੇ ਉਸਦੇ ਚੇਲੇ ਸੀ ਉਹ ਉਹਨਾਂ ਦੇ
ਹਥਿਆਰ ਗਿਰਾ ਦੀ ਉਹਨਾਂ ਦੇ ਕੋਲ ਜਿਹੜੇ ਹਥਿਆਰ ਸੀ ਉਹ ਨਹੀਂ ਰਹੇ ਉਹ ਟੂ ਡਿਸਆਰਮ ਮੀਨਸ ਟੂ ਟੇਕ ਸਮਬਡੀਜ਼ ਮੀਨਸ ਔਰ ਟੂਲਸ ਬਾਈ ਵਿਚ ਦੇ ਕੈਨ ਹਰਟ ਯੂ ਇਸ ਦਾ ਉਹ ਮਤਲਬ ਹੈ ਉਹ ਹਥਿਆਰ ਜਿਨ੍ਹਾਂ ਨਾਲ ਉਹ ਦੂਸਰਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਸੀ ਸੋ ਵਟ ਜੀਸਸ ਡਿਡ ਔਨ ਦ ਕ੍ਰਾਸ ਪ੍ਰਭੂ ਯਿਸੂ ਮਸੀਹ ਨੇ ਜੋ ਸਲੀਬ ਦੇ ਉੱਤੇ ਕੀਤਾ ਇਟ ਇਜ਼ ਲਾਈਕ ਸੈਟਨਸ ਡੀਮਨਸ ਹੈਡ ਗਨਸ ਐਂਡ ਆਲ ਕਾਈਂਡਸ ਆਫ AK-47s ਐਂਡ ਐਵਰੀ ਅਦਰ ਟੂਲ ਟੂ ਹਰਟ ਯੂ ਐਂਡ ਟੂ ਮੇਕ ਯੂ ਫੀਲ ਵੀਕ ਇਹ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਸ਼ੈਤਾਨ ਤੇ ਉਸਦੇ ਚੇਲਿਆਂ ਦੇ ਕੋਲ ਉਹ ਬਹੁਤ ਸਾਰੇ ਹਥਿਆਰ ਹੋਣ ਅਤੇ ਉਹ ਤੁਹਾਨੂੰ ਮਾਰਨਾ ਚਾਹੁੰਦੇ ਹੋਣ ਬਾਈ ਜੀਸਸ ਡੈਥ ਔਨ ਦ ਕ੍ਰਾਸ ਪਰ ਪ੍ਰਭੂ ਯਿਸੂ ਮਸੀਹ ਦੀ ਜੋ ਮੌਤ ਸੀ ਸਲੀਬ ਦੇ ਉੱਤੇ ਆਲ ਦੋਸ ਗਨਸ ਐਂਡ ਟੂਲਸ ਆਫ ਹਰਟਿੰਗ ਅਸ ਵਰ ਟੇਕਨ ਅਵੇ ਫਰੋਮ ਡੀਮਨਸ ਤੇ ਉਹ ਜਿਹੜੇ ਜਿੰਨੇ ਹਥਿਆਰ ਸੀਗੇ ਜਿਨ੍ਹਾਂ ਨਾਲ ਤੁਹਾਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਸੀ ਉਹ ਸ਼ੈਤਾਨ ਤੇ ਉਸਦੇ ਚੇਲਿਆਂ ਕੋਲੋਂ ਲੈ ਗਏ ਇਫ ਅ ਮੈਨ ਹੈਜ਼ ਹਿਸ ਗਨ ਪੁਆਇੰਟਡ ਐਟ ਯੂ ਜੇ ਕੋਈ ਆਦਮੀ ਤੁਹਾਡੇ ਵੱਲ ਬੰਦੂਕ ਕਰ ਦੇਵੇ ਐਂਡ ਇਫ ਹੀ ਇਜ਼ ਨਾਟ ਡਿਸਆਰਮਡ ਤੇ ਉਸਦੇ ਕੋਲ ਜੇ ਹਥਿਆਰ ਹੋਣ ਐਸ ਲੌਂਗ ਐਸ ਹੀ ਹੈਜ਼ ਦ ਗਨ ਜਦੋਂ ਤੱਕ ਉਸਦੇ ਕੋਲ ਹਥਿਆਰ ਹੈ ਐਸ ਲੌਂਗ ਐਸ ਹੀ ਹੈਜ਼ ਦ ਐਮਓ ਜਦੋਂ ਗੋਲੀ ਹੈ ਉਸਮੇ ਜਦੋਂ ਤੱਕ ਉਸਦੇ ਵਿੱਚ ਗੋਲੀ ਹੈ ਉਸ ਬੰਦੂਕ ਦੇ ਵਿੱਚ ਯੂ ਆਰ ਇਨ ਬਿਗ ਟ੍ਰਬਲ ਆਈ ਐਮ ਇਨ ਬਿਗ ਟ੍ਰਬਲ ਤਾਂ ਉਦੋਂ ਤੱਕ ਅਸੀਂ ਬਹੁਤ ਮੁਸ਼ਕਿਲ ਵਿੱਚ ਹਾਂ ਅੰਟਿਲ ਸਮਬਡੀ ਕਮਸ ਅਲੌਂਗ ਜਦੋਂ ਤੱਕ ਕੋਈ ਐਦਾਂ ਦਾ ਨਾ ਆਵੇ and takes away his or her gun jo usde oh banduk hai jo us to le leve jesus christ did exactly the same thing on the cross prabhu yesu masih ne bilkul ese tarah saleeb te kita he disarmed demons and took away their gun ammo and guns and everything usne shaitan de cheliyan de sare hathiyar jehde si sanu nuksan pahunchan wale unna to le laye satan still exists ਸ਼ੈਤਾਨ ਹਜੇ ਵੀ ਹੈ ਹੀ ਮੇ ਹੈਵ ਅ ਫੇਕ ਗਨ ਪੁਆਇੰਟਡ ਐਟ ਯੂ ਹੋ ਸਕਦਾ ਹੈ ਉਸਦੇ ਕੋਲ ਕੋਈ ਨਕਲੀ ਬੰਦੂਕ ਹੋਵੇ ਜੋ ਤੁਹਾਡੇ ਨਾਲ ਕਰ ਰਿਹਾ ਹੈ ਇਟਸ ਪਾਵਰਲੈਸ ਪਰ ਉਸਦੇ ਵਿੱਚ ਕੋਈ ਤਾਕਤ ਨਹੀਂ ਹੈ ਹੀ ਕੈਨ ਮੇਕ ਯੂ ਫੀਅਰ ਉਹ ਤੁਹਾਨੂੰ ਡਰਾ ਸਕਦਾ ਹੈ ਹੀ ਕੈਨ ਸਕੇਅਰ ਯੂ ਉਹ ਤੁਹਾਨੂੰ ਡਰਾਵੇਗਾ ਬਟ ਹੀ ਕਾਂਟ ਕਿਲ ਯੂ ਪਰ ਉਹ ਤੁਹਾਨੂੰ ਮਾਰ ਨਹੀਂ ਸਕਦਾ ਹੀ ਕਾਂਟ ਡੂ ਐਨੀਥਿੰਗ ਟੂ ਯੂ ਉਹ ਕੁਝ ਨਹੀਂ ਕਰ ਸਕਦਾ ਤੁਹਾਡਾ ਬਿਕਾਜ਼ ਹੀ ਹੈਜ਼ ਬੀਨ ਕੰਪਲੀਟਲੀ ਮੇਡ ਪਾਵਰਲੈਸ ਔਨ ਦ ਕ੍ਰਾਸ ਆਫ ਜੀਸਸ ਕ੍ਰਾਈਸਟ ਕਿਉਂਕਿ ਉਹ ਪੂਰੀ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੀ ਸਲੀਬ ਦੇ ਦੁਆਰਾ ਉਹ ਹਾਰ ਚੁੱਕਿਆ ਹੈ ਸੋ ਆਲ the demons and satan may seem to have a lot of power is tarah lagda hai ki shaitan te usde cheliyan kol bahut taqat hai today on the cross they have been disarmed par us asleeb de dwara unna de sare hathiyar le le gaye they will not become powerful in your life oh hun tuhadi zindagi de vich koi apna hukm nahi chala sakda unless you yourself rearm them ਜਦੋਂ ਤੱਕ ਤੁਸੀਂ ਉਹ ਹਥਿਆਰ ਉਸ ਨੂੰ ਵਾਪਸ ਨਾ ਦੇ ਦਿਓ ਐਂਡ ਯੂ ਯੋਰਸੈਲਫ ਲਿਵ ਅ ਲਾਈਫ ਆਫ ਸਿਨਫੁਲਨੈਸ ਐਂਡ ਸੈਟਨ ਹੈਜ਼ ਦੋਸ ਆਰਮਸ ਦੈਟ ਦੇ ਕੈਨ ਹਰਟ ਯੂ ਨਾਓ ਬਿਕਾਜ਼ ਯੂ ਹੈਵ ਆਰਮਡ ਹਿਮ ਕਿਉਂਕਿ ਜਦੋਂ ਤੁਸੀਂ ਇੱਕ ਪਾਪ ਦੇ ਵਿੱਚ ਆਪਣਾ ਜੀਵਨ ਬਿਤਾਉਂਦੇ ਹੋ ਤਾਂ ਤੁਸੀਂ ਉਹ ਹਥਿਆਰ ਸ਼ੈਤਾਨ ਨੂੰ ਵਾਪਸ ਦੇ ਦਿੰਦੇ ਹੋ ਕਿ ਉਹ ਤੁਹਾਨੂੰ ਨੁਕਸਾਨ ਪਹੁੰਚਾ ਸਕੇ ਇਨ ਕੋਲੋਸੀਅਨਸ ਚੈਪਟਰ 2 ਕੋਲੋਸੀਅਨ ਦੀ ਕਿਤਾਬ ਦੇ ਵਿੱਚ ਐਂਡ ਵਰਸ 15 ਪੌਲ ਯੂਜ਼ਸ ਅ ਬਿਊਟੀਫੁਲ ਪਿਕਚਰ ਸੰਤ ਪੌਲਸ ਇੱਥੇ ਇੱਕ ਬਹੁਤ ਚੰਗੀ ਇੱਕ ਸਾਨੂੰ ਦੱਸਦੇ ਨੇ ਇਨ ਕੋਲੋਸੀਅਨਸ 2:15 ਪਲੀਜ਼ ਸਮਬਡੀ ਰੀਡ ਦੈਟ ਫॉर ਅਸ ਕੋਲਸੀਓ ਦੇ 2:15 ਵਿੱਚ ਅਸੀਂ ਦੇਖੀਏ ਗੋਡ ਦਿਸ ਆਰਮਡ the evil rulers and authorities he shamed them publicly by his victory over on the cross of Jesus Christ hallelujah so what Paul is writing here Paulus jo itthe kehne di koshish kar reha hai because he was a roman citizen ਕਿਉਂ ਜੋ ਉਹ ਰੋਮ ਦਾ ਰਹਿਣ ਵਾਲਾ ਸੀ ਹੀ ਨਿਊ ਅਬਾਊਟ ਦ ਰੋਮਨ ਪ੍ਰੈਕਟਿਸਿਸ ਤੇ ਉਹਨੂੰ ਰੋਮ ਦੇ ਵਿੱਚ ਜੋ ਕਰਦੇ ਸੀਗੇ ਉਸਦੇ ਬਾਰੇ ਪਤਾ ਸੀ ਐਂਡ ਇਟ ਵਾਸ ਅ ਹਿਊਜ ਰੋਮਨ ਐਮਪਾਇਰ ਇਨ ਵਿਚ ਪੌਲ ਵਾਸ ਲਿਵਿੰਗ ਐਂਡ ਰਾਈਟਿੰਗ ਜਿਸ ਸਮੇਂ ਪੌਲਸ ਇਹ ਲਿਖ ਰਿਹਾ ਹੈ ਤਾਂ ਉਸ ਸਮੇਂ ਇੱਕ ਬਹੁਤ ਬੜਾ ਰਾਜ ਸੀਗਾ ਜਿਹੜਾ ਰੋਮੀਆਂ ਦਾ ਸੀ ਵੈਨਐਵਰ ਦ ਰੋਮਨ ਐਮਪਰਰ ਐਂਡ ਹਿਸ ਮਿਲਟਰੀ ਲੀਡਰਸ ਵਨ ਐਨੀ ਵਿਕਟਰੀ ਦੇ ਵੁੱਡ ਕਮ ਇਨਟੂ ਦ ਪੈਲੇਸਿਸ ਇਨਟੂ ਦ ਸਿਟੀਜ਼ ਵਿਦ ਅ ਗ੍ਰੇਟ ਪ੍ਰੋਸੈਸ਼ਨ ਜਦੋਂ ਰੋਮੀ ਰਾਜੇ ਜਿਹੜੇ ਕੋਈ ਜੰਗ ਜਿੱਤ ਕੇ ਆਉਂਦੇ ਸੀਗੇ ਤਾਂ ਉਹ ਇੱਕ ਬਹੁਤ ਬੜੇ ਜਲੂਸ ਦੀ ਸ਼ਕਲ ਦੇ ਵਿੱਚ ਸ਼ਹਿਰ ਦੇ ਵਿੱਚ ਦਾਖਲ ਹੁੰਦੇ ਸੀ ਸੋ ਜਨਰਲ ਆਫਟਰ ਜਨਰਲ ਅਕੋਰਡਿੰਗ ਟੂ ਦੇਅਰ ਸੀਨੀਓਰਿਟੀ ਐਂਡ ਅਕੋਰਡਿੰਗ ਟੂ ਦੇਅਰ ਪੋਜੀਸ਼ਨਸ ਵਿਲ ਹੈਵ ਡਾਂਸ ਪਾਰਟੀਜ਼ ਐਂਡ ਡਰਮਸ ਐਂਡ ਹਾਰਸਸ ਐਂਡ ਆਲ ਕਾਈਂਡਸ ਆਫ ਬਿਗ ਸ਼ੋਅ paraded into the streets of Roman Empire ta us shahar de vich ek bahut bade jaloos de roop de vich dakhil hunde si jithe unna de sare afsar jehde hunde si oh utthe hunde sige and at the back of that procession ate us jaloos de ant de vich there was some people utthe kuch log is tarah de hunde si without any music
ਜਿੱਥੇ ਕੋਈ ਮਿਊਜ਼ਿਕ ਨਹੀਂ ਹੁੰਦਾ ਸੀ ਵਿਦਆਊਟ ਐਨੀ ਸੈਲੀਬ੍ਰੇਸ਼ਨ ਉੱਥੇ ਕੋਈ ਧੂਮ ਧਾਮ ਨਹੀਂ ਹੁੰਦੀ ਸੀ ਦੇਅਰ ਹੈਡਸ ਬਾਉ ਡਾਊਨ ਉਹਨਾਂ ਦੇ ਸਿਰ ਝੁਕੇ ਹੁੰਦੇ ਸੀ ਦੇਅਰ ਕਲੋਥਸ ਟੇਕਨ ਅਵੇ ਰਿਪਟ ਅਪਾਰਟ ਫਰਮ ਥੈਮ ਉਹਨਾਂ ਦੇ ਕੱਪੜੇ ਪਾੜ ਦਿੱਤੇ ਹੋਏ ਹੁੰਦੇ ਸੀ ਐਂਡ ਦੇ ਵਰ ਬੀਟਨ ਉਹਨਾਂ ਨੂੰ ਮਾਰਿਆ ਜਾਂਦਾ ਸੀ ਦੇ ਵਰ ਟਾਇਰਡ ਉਹ ਬਹੁਤ ਥੱਕੇ ਹੋਏ ਹੁੰਦੇ ਸੀ ਦੇ ਵਰ ਦ ਪੀਪਲ ਹੂ ਵਰ ਟੇਕਨ ਇਨਟੂ ਕੈਪਟੀਵਿਟੀ ਫਰਮ ਦ ਵਿਕਟਰੀਜ਼ ਆਫ ਥੀਸ ਜਨਰਲਸ ਤੇ ਉਹ ਲੋਕ ਹੁੰਦੇ ਸੀ ਜਿਨ੍ਹਾਂ ਨੂੰ ਉਹ ਜਿੱਤ ਕੇ ਲਿਆਏ ਹੁੰਦੇ ਸੀ ਇਸ ਲੜਾਈ ਦੇ ਵਿੱਚ ਦੇ ਕੁਡ ਹੈਵ ਬੀਨ ਕਿੰਗਸ ਉਹ ਹੋ ਸਕਦਾ ਹੈ ਰਾਜੇ ਹੋਣ ਬਟ ਇਨ ਥਿਸ ਪਰੇਡ ਪਰ ਇਸ ਜਲੂਸ ਦੇ ਵਿੱਚ ਦੇ ਵਰ ਕੰਪਲੀਟਲੀ ਹਿਊਮੀਲੀਏਟਡ ਐਂਡ ਮੇਡ ਨੇਕਡ ਉਹਨਾਂ ਦੀ ਪੂਰੀ ਬੇਇੱਜ਼ਤੀ ਕਰਕੇ ਉਹਨਾਂ ਨੂੰ ਨੰਗੇ ਕੀਤਾ ਜਾਂਦਾ ਸੀ ਐਂਡ ਥਿਸ ਇਜ਼ ਵਾਟ ਜੀਸਸ ਕ੍ਰਾਈਸਟ ਡਿਡ ਔਨ ਦ ਕ੍ਰਾਸ ਆਫ ਕ੍ਰਾਈਸਟ ਮਾਈ ਡੀਅਰ ਫਰੈਂਡਸ ਇਹੀ ਪ੍ਰਭੂ ਯਿਸੂ ਮਸੀਹ ਨੇ ਉਹ ਸਲੀਬ ਦੇ ਉੱਤੇ ਕੀਤਾ ਇਨਸਟੈਡ ਆਫ ਰਿਜੋਇਸਿੰਗ ਇਸ ਦੇ ਬਾਰੇ ਕੀ ਖੁਸ਼ੀ ਹੁੰਦੀ ਦੈਟ ਡੇ ਸੈਟਨ ਐਂਡ ਹਿਸ ਡੀਮਨਸ ਵਰ ਪਰੇਡਡ ਹਿਊਮੀਲੀਏਟਡ ਐਂਡ ਡਿਫੀਟਡ ਇਨ ਫਰੰਟ ਆਫ ਐਵਰੀਵਨ ਤਾਂ ਇਹ ਪ੍ਰਭੂ ਯਿਸੂ ਮਸੀਹ ਨੇ ਇਸ ਤਰ੍ਹਾਂ ਕੀਤਾ ਤੇ ਜਿਹੜੇ ਸ਼ੈਤਾਨ ਤੇ ਉਸਦੇ ਚੇਲੇ ਸੀ ਉਹਨਾਂ ਦੀ ਬਹੁਤ ਬੇਇੱਜ਼ਤੀ ਹੋਈ ਸੋ ਹੂ ਵਨ ਦ ਵਿਕਟਰੀ ਔਨ ਦ ਕ੍ਰਾਸ ਇਟ ਇਜ਼ ਨਾਟ ਸੈਟਨ ਤਾਂ ਉੱਥੇ ਜਿੱਤ ਕਿਸ ਨੂੰ ਮਿਲੀ ਉਹ ਸ਼ੈਤਾਨ ਨਹੀਂ ਹੈ ਇਟ ਇਜ਼ ਜੀਸਸ ਕ੍ਰਾਈਸਟ ਹੂ ਵਨ ਦ ਵਿਕਟਰੀ ਫॉर ਅਸ ਹੈ ਜਿਸ ਨੂੰ ਜਿੱਤ ਮਿਲੀ ਐਂਡ ਹੂ ਵਾਸ ਹਿਊਮੀਲੀਏਟਡ ਅਤੇ ਕਿਸ ਦੀ ਬੇਇੱਜ਼ਤੀ ਹੋਈ ਹੂ ਵਾਸ ਪਰੇਡਡ ਕਿਸ ਦਾ ਜਲੂਸ ਕੱਢਿਆ ਗਿਆ ਜਿਸ ਦਾ ਖੁੱਲਮ ਖੁੱਲਾ ਤਮਾਸ਼ਾ ਬਣਾਇਆ ਗਿਆ ਉਹ ਕੌਣ ਥਾ ਸ਼ੈਤਾਨ ਥਾ ਹਾਲੇਲੂਇਆ The one who was paraded and humiliated openly, according to Colossians chapter 2:15, it was Satan and his demons. ਉਹ ਸ਼ੈਤਾਨ ਤੇ ਉਸਦੇ ਚੇਲੇ ਸੀ ਜਿਨ੍ਹਾਂ ਦਾ ਖੁੱਲਮ ਖੁੱਲਾ ਤਮਾਸ਼ਾ ਬਣਾਇਆ ਗਿਆ And then therefore, my dear friends, we should not be afraid. ਤਾਂ ਮੇਰੇ ਦੋਸਤੋ ਸਾਨੂੰ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ ਡਰਨਾ ਨਹੀਂ ਚਾਹੀਦਾ Not only he has been paraded, humiliated. ਸਿਰਫ ਉਸਦਾ ਜਲੂਸ ਹੀ ਨਹੀਂ ਕੱਢਿਆ ਜਾਵੇਗਾ But he will also be tied down forever and into the lake of fire. ਅਤੇ ਉਸ ਨੂੰ ਗੰਧਕ ਦੀ ਝੀਲ ਦੇ ਵਿੱਚ ਹਮੇਸ਼ਾ ਦੇ ਲਈ ਸੁੱਟ ਦਿੱਤਾ ਜਾਵੇਗਾ So my dear friend, these are the some of the things, the five things that Satan suffered on the cross of Jesus Christ. ਮੇਰੇ ਪਿਆਰੇ ਜਿਹੜੀਆਂ ਸੀ ਆਖਰੀ ਪੰਜ ਚੀਜ਼ਾਂ ਦੇਖੀਆਂ ਜਿਹੜੀਆਂ ਸ਼ੈਤਾਨ ਦੇ ਲਈ ਹੋਈਆਂ Now you would say well he is still active. Yes of course he is active. ਹਜੇ ਵੀ ਕਹੋਗੇ ਕਿ ਹਾਂ ਉਹ ਕੰਮ ਤਾਂ ਕਰਦਾ ਹੈ But he is defeated. ਪਰ ਉਹ ਹਾਰ ਚੁੱਕਾ ਹੈ. And he is still dangerous though. ਪਰ ਉਹ ਹਜੇ ਵੀ ਖਤਰਨਾਕ ਹੈ. He is like a lion that has been wounded. ਉਹ ਸ਼ੇਰ ਦੀ ਤਰ੍ਹਾਂ ਹੈ ਜਿਹੜਾ ਘਾਇਲ ਹੋ ਚੁੱਕਾ ਹੈ ਜ਼ਖਮੀ ਹੈ. So how do we deal with it? ਅਸੀਂ ਉਸ ਨੂੰ ਕਿਸ ਤਰ੍ਹਾਂ ਅਸੀਂ ਉਸ ਨਾਲ ਡੀਲ ਕਰ ਸਕਦੇ Just three things and I close with that. ਸੋ ਤਿੰਨ ਗੱਲਾਂ ਅਸੀਂ ਦੇਖਾਂਗੇ. Number 1. ਪਹਿਲੀ. Paul says in Ephesians chapter 6. ਇਫਸੀਓਂ ਦੀ ਕਿਤਾਬ ਦੇ ਵਿੱਚ 6 ਬਾਬ ਦੀ Stand firm and fight with this Satan. ਉਹ ਕਹਿੰਦਾ ਹੈ ਤੁਸੀਂ ਸਿੱਧੇ ਖੜੇ ਹੋ ਜਾਓ ਤੇ ਇਸ ਸ਼ੈਤਾਨ ਦੇ ਨਾਲ ਲੜੋ. Ephesians chapter 6 and verses 11 to 17 anybody. ਇਫਸੀਓ ਦੀ 6 ਦੀ 11 ਤੋਂ 17 ਜੇ ਅਸੀਂ ਪੜ੍ਹੀਏ. What Paul is talking here is put on the whole armor of God. He is asking you to become like a soldier. ਪਾਲੂਸ ਇੱਥੇ ਕਹਿੰਦਾ ਹੈ ਕਿ ਤੁਸੀਂ ਇੱਕ ਸਿਪਾਹੀ ਦੀ ਤਰ੍ਹਾਂ ਬਣ ਜਾਓ. And then he mentions in that verse several kinds of arms that you have to arm yourself. The other person has, your enemy has been disarmed, but he is still dangerous. ਇੱਥੇ ਪਾਲ ਕਹਿੰਦਾ ਹੈ ਕਿ ਤੁਸੀਂ ਉਹ ਬਹੁਤ ਸਾਰੇ ਹਥਿਆਰ ਲੈ ਲਓ ਅਤੇ ਜਿਹੜਾ ਦੂਸਰਾ ਤੁਹਾਡਾ ਦੁਸ਼ਮਣ ਹੈ ਉਸਦੇ ਕੋਲ ਸਾਰੇ ਹਥਿਆਰ ਲੈ ਲਏ ਗਏ ਨੇ ਐਂਡ ਸੋ ਯੂ ਹੈਵ ਟੂ ਆਰਮ ਯੋਰਸੈਲਫ ਨਾਓ ਐਂਡ ਸਟੈਂਡ ਫਰਮ ਐਂਡ ਫਾਈਟ ਵਿਦ ਹਿਮ ਸੋ ਤੁਹਾਨੂੰ ਉਹ ਹਥਿਆਰ ਲੈ ਕੇ ਲੜਨਾ ਹੈ ਅਤੇ ਤੁਹਾਨੂੰ ਦਲੇਰੀ ਨਾਲ ਖੜੇ ਹੋਣਾ ਹੈ ਓਕੇ ਵਾਟ ਆਰ ਦੀ ਆਰਮਸ ਦੈਟ ਹੀ ਇਜ਼ ਆਸਕਿੰਗ ਯੂ ਟੂ ਆਰਮ ਯੋਰਸੈਲਫ ਵਿਦ ਉਹ ਹਥਿਆਰ ਕਿਹੜੇ ਨੇ ਜਿਨ੍ਹਾਂ ਦਾ ਉਹ ਜ਼ਿਕਰ ਕਰਦਾ ਹੈ ਥੀਸ ਆਰ ਦੀ ਆਰਮਰਸ ਦੈਟ ਗੋਡ ਵਾਂਟਸ you to be armed with so that you can stand firm and fight with the devil eh oh hathiyar ne jehde parmeshwar chahunda hai ki sade kol hon taaki assi us shaitan da samna kar sakiye the problem is we think we are human beings we are weaklings and so we always surrender to satan and his whims and fancies problem eh hai ki assi sochde ha ki assi insaan ha te je assi ja ke shaitan de agge jhuk jande ha and that's why he keeps winning the victory taahi oh har bar jeet janda hai but paul says arm yourself stand firm and fight san paulus kehnda hai ki tusi eh hathiyaran nu le lo khade hovo te usda samna karo and you will win ate tusi jit jaoge because your enemy has already been disarmed kyunki tuhanda jo dushman hai usde kol sare hathiyar le le gaye he can only threaten you oh sirf tuhanu dara sakda hai he can't do anything more than that par us to zyada kuch nahi kar sakda secondly dusra si dekhiye resist the devil ਸ਼ੈਤਾਨ ਦਾ ਵਿਰੋਧ ਕਰੋ ਉਸ ਤੋਂ ਦੂਰ ਰਹੋ ਜੇਮਸ ਚੈਪਟਰ 4 ਐਂਡ ਵਰਸ 7 ਯਾਕੂਬ 4 ਦੀ 7 ਅਸੀਂ ਦੇਖੀਏ ਹੀ ਇਜ਼ ਆਲਰੇਡੀ ਡਿਫੀਟਡ ਐਂਡ ਇਫ ਯੂ ਸਟੈਂਡ ਫਰਮ ਐਂਡ ਫਾਈਟ ਐਂਡ ਰੈਸਿਸਟ ਦ ਡੈਵਲ ਵਿਦ ਆਲ ਦ ਪਾਵਰ ਦੈਟ ਗੋਡ ਗਿਵਸ ਯੂ ਐਂਡ ਦ ਹੋਲੀ ਸਪਿਰਿਟ ਗਿਵਸ ਯੂ ਹੀ ਵਿਲ ਨਾਟ ਸਟੈਂਡ
ਜੇ ਤੁਸੀਂ ਸ਼ੈਤਾਨ ਦਾ ਸਾਹਮਣਾ ਕਰੋ, ਉਸ ਦਾ ਵਿਰੋਧ ਕਰੋ, ਤਾਂ ਜੋ ਪਰਮੇਸ਼ਵਰ ਹੈ ਉਹ ਤੁਹਾਨੂੰ ਤਾਕਤ ਦੇਵੇਗਾ ਤੇ ਉਹ ਤੁਹਾਡੇ ਕੋਲੋਂ ਦੌੜ ਜਾਵੇਗਾ ਸ਼ੈਤਾਨ। ਬਿਕਾਜ਼ ਹੀ ਇਜ਼ ਆਲਰੇਡੀ ਅ ਡਿਫੀਟਡ ਐਨਮੀ। ਕਿਉਂਕਿ ਉਹ ਪਹਿਲਾਂ ਹੀ ਹਾਰ ਚੁੱਕਾ ਹੈ। ਔਨ ਦ ਕ੍ਰਾਸ ਗੋਡ ਹੈਜ਼ ਡਿਫੀਟਡ ਹਿਮ ਐਂਡ ਡਿਸਆਰਮਡ ਹਿਮ। ਸਲੀਬ ਦੇ ਉੱਤੇ ਪਰਮੇਸ਼ਵਰ ਨੇ ਉਸ ਨੂੰ ਹਰਾ ਦਿੱਤਾ ਤੇ ਉਸ ਦੇ ਸਾਰੇ ਹਥਿਆਰ ਲੈ ਲਏ। ਹੀ ਹੈਜ਼ ਮੇਡ ਅ ਬਿਗ ਪ੍ਰੋਸੈਸ਼ਨ ਆਫ ਹਿਸ ਲਾਸ। ਉਸਨੇ ਉਸ ਦਾ ਜਿਹੜਾ ਹੈ ਕਿ ਬਹੁਤ ਬੜਾ ਜਲੂਸ ਕੱਢ ਦਿੱਤਾ। ਐਂਡ ਥਰਡਲੀ ਐਂਡ ਲਾਸਟਲੀ, ਤੀਸਰਾ ਤੇ ਆਖਰੀ ਜੋ ਅਸੀਂ ਦੇਖਾਂਗੇ, ਰਿਨਾਉਂਸ ਦ ਡੈਵਲ ਐਂਡ ਕਨਫੈਸ ਕ੍ਰਾਈਸਟ ਓਪਨਲੀ। ਸ਼ੈਤਾਨ ਦਾ ਜੋ ਹੈ ਇਨਕਾਰ ਕਰੋ ਤੇ ਪਰਮੇਸ਼ਵਰ ਦਾ ਇਕਰਾਰ ਕਰੋ ਪ੍ਰਭੂ ਯਿਸੂ ਮਸੀਹ। ਰੋਮਨਸ ਚੈਪਟਰ ਸੋਰੀ ਮੈਥਿਊ ਚੈਪਟਰ 10 ਐਂਡ ਵਰਸ 32 ਟੂ 33। ਮੱਤੀ 10 ਦੀ 32 ਤੇ 33 ਆਇਤ ਵਿੱਚ ਅਸੀਂ ਦੇਖਾਂਗੇ। ਕਰੂੰਗਾ ਯੈਸ, ਦੇਰ ਇਜ਼ ਪਾਵਰ ਇਨ ਕਨਫੈਸਿੰਗ ਜੀਸਸ ਕ੍ਰਾਈਸਟ। ਪ੍ਰਭੂ ਯਿਸੂ ਮਸੀਹ ਦਾ ਜਦੋਂ ਅਸੀਂ ਇਕਰਾਰ ਕਰਦੇ ਹਾਂ ਉਸ ਦੇ ਵਿੱਚ ਇੱਕ ਸ਼ਕਤੀ ਹੈ। ਐਂਡ ਵੀ ਕੈਨ ਕਨਫੈਸ ਜੀਸਸ ਕ੍ਰਾਈਸਟ, ਅਸੀਂ ਪ੍ਰਭੂ ਯਿਸੂ ਦਾ ਇਕਰਾਰ ਕਰ ਸਕਦੇ ਹਾਂ। ਓਨਲੀ ਵੈਨ ਵੀ ਰਿਨਾਉਂਸ ਦ ਡੈਵਲ, ਜਦੋਂ ਅਸੀਂ ਸ਼ੈਤਾਨ ਨੂੰ ਅਸੀਂ ਉਸ ਦਾ ਇਨਕਾਰ ਕਰਾਂਗੇ। ਇਨ ਦ ਫਸਟ ਸੈਂਚੁਰੀ ਚਰਚ, ਪਹਿਲੀ ਸ਼ਤਾਬਦੀ ਦਾ ਜੋ ਚਰਚ ਸੀ, ਦੇਰ ਵਾਸ ਅ ਬਿਊਟੀਫੁਲ ਪ੍ਰੈਕਟਿਸ, ਉੱਥੇ ਇੱਕ ਬਹੁਤ ਚੰਗਾ ਰਿਵਾਜ ਹੁੰਦਾ ਸੀ। ਵੈਨ ਦ ਪੀਪਲ ਵਰ ਬ੍ਰਾਟ ਟੂ ਬੈਪਟਿਜ਼ਮ, ਜਦੋਂ ਲੋਕਾਂ ਨੂੰ ਬਪਤਿਸਮੇ ਲਈ ਲਿਆਇਆ ਜਾਂਦਾ ਸੀ, ਦ ਪ੍ਰੀਸਟ ਵੁੱਡ ਡੈਫੀਨਿਟਲੀ ਆਸਕ ਦੇਮ ਫਰਸਟ ਇਨ ਦ ਵਾਟਰ, ਡੂ ਯੂ ਟੂਡੇ ਰਿਨਾਉਂਸ ਦ ਡੈਵਲ ਐਂਡ ਦ ਡੀਮਨਸ ਐਂਡ ਆਲ ਇਟਸ ਵਰਕਸ ਇਨ ਯੋਰ ਲਾਈਫ। ਪਾਦਰੀ ਹੁੰਦਾ ਸੀ, ਉਹ ਲੋਕਾਂ ਨੂੰ ਪਹਿਲਾਂ ਪਾਣੀ ਦੇ ਵਿੱਚ ਉਤਾਰ ਕੇ ਪੁੱਛਦਾ ਸੀ ਕਿ ਤੁਸੀਂ ਸ਼ੈਤਾਨ ਦਾ ਇਨਕਾਰ ਕਰਦੇ ਹੋ। ਨਾਓ ਪੀਪਲ ਡੋਨਟ ਈਵਨ ਬਿਲੀਵ ਇਨ ਇਟ, ਹੁਣ ਲੋਕ ਜਿਹਨੇ ਉਹ ਸ਼ੈਤਾਨ ਵਿੱਚ ਵਿਸ਼ਵਾਸ ਨਹੀਂ ਰੱਖਦੇ। ਬਟ ਦੇਅਰ ਦੇ ਬਿਫੋਰ ਯੂ ਵਰ ਬੈਪਟਾਈਜ਼ਡ, ਇਸ ਤੋਂ ਪਹਿਲਾਂ ਜਦੋਂ ਬਪਤਿਸਮਾ ਹੁੰਦਾ ਸੀ, ਯੂ ਵਰ ਟੂ ਕਨਫੈਸ ਦ ਨੇਮ ਆਫ ਜੀਸਸ ਕ੍ਰਾਈਸਟ, ਤਾਂ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਇਕਰਾਰ ਕਰਨਾ ਹੈ ਓਪਨਲੀ ਐਂਡ ਇਨ ਫਰੰਟ ਆਫ ਐਵਰੀਵਨ, ਸਾਰਿਆਂ ਦੇ ਸਾਹਮਣੇ, ਐਂਡ ਆਲਸੋ publicly denounce and renounce Satan and all his works from your life. ਤੇ ਸਾਰਿਆਂ ਦੇ ਸਾਹਮਣੇ ਇਸ ਗੱਲ ਦਾ ਇਨਕਾਰ ਕਰਨਾ ਹੈ ਕਿ ਸ਼ੈਤਾਨ ਦੇ ਜੋ ਕੰਮ ਤੁਹਾਡੀ ਜ਼ਿੰਦਗੀ ਵਿੱਚ ਹੋ ਰਹੇ ਨੇ, ਓਨਲੀ ਦੈਨ ਯੂ ਵੁੱਡ ਲਿਵ ਅ ਕ੍ਰਿਸਚੀਅਨ ਲਾਈਫ ਐਜ਼ ਅ ਵਿਕਟੋਰੀਅਸ ਪਰਸਨ, ਤਾਂ ਹੀ ਤੁਸੀਂ ਇੱਕ ਮਸੀਹੀ ਦੇ ਤੌਰ ਦੇ ਉੱਤੇ ਇੱਕ ਵਿਜੇਤਾ ਦੀ ਤਰ੍ਹਾਂ ਜ਼ਿੰਦਗੀ ਜੀ ਸਕਦੇ ਹੋ। ਆਰ ਯੂ ਫੀਲਿੰਗ ਡਿਫੀਟਡ ਇਨ ਯੋਰ ਲਾਈਫ ਮਾਈ ਡੀਅਰ? ਕੀ ਤੁਸੀਂ ਅੱਜ ਆਪਣੀ ਜ਼ਿੰਦਗੀ ਵਿੱਚ ਹਾਰੇ ਹੋਏ ਫੀਲ ਕਰ ਰਹੇ ਹੋ? ਆਰ ਯੂ ਫੀਲਿੰਗ ਪਾਵਰਲੈਸ ਇਨ ਯੋਰ ਸਪਿਰਚੁਅਲ ਵਾਕ ਵਿਦ ਗਾਡ? ਕੀ ਤੁਸੀਂ ਜੋ ਆਤਮਾ ਦੇ ਵਿੱਚ ਪ੍ਰਭੂ ਨਾਲ ਜੋ ਚਾਲ ਚੱਲਦੇ ਹੋ ਉਸ ਵਿੱਚ ਦੇਖਦੇ ਹੋ ਕਿ ਤੁਸੀਂ ਹਾਰ ਗਏ ਹੋ? ਆਰ ਯੂ ਫੀਲਿੰਗ ਡਿਸਕਰੇਜਡ ਇਨ ਯੋਰ ਵਾਕ ਵਿਦ ਜੀਸਸ ਕ੍ਰਾਈਸਟ? ਕੀ ਪ੍ਰਭੂ ਯਿਸੂ ਨਾਲ ਜੋ ਤੁਸੀਂ ਚਾਲ ਚੱਲਦੇ ਹੋ ਉਸ ਵਿੱਚ ਸੋਚਦੇ ਹੋ ਕਿ ਤੁਹਾਨੂੰ ਨਿਰਾਸ਼ਾ ਹੈ? ਮੇਬੀ ਦਿਸ ਇਜ਼ ਦ ਟਾਈਮ ਦੈਟ ਯੂ ਹੈਵ ਟੂ ਰਿਨਾਉਂਸ ਐਂਡ ਡਿਨਾਉਂਸ ਸੈਟਨ ਐਂਡ ਹਿਸ ਵਰਕਸ ਅਗੇਨ ਐਂਡ ਕਨਫੈਸ ਦ ਨੇਮ ਆਫ ਜੀਸਸ ਕ੍ਰਾਈਸਟ ਅਗੇਨ ਇਨ ਯੋਰ ਲਾਈਫ। ਹੋ ਸਕਦਾ ਹੈ ਕਿ ਇਹੀ ਸਮੇਂ ਹੈ ਕਿ ਤੁਸੀਂ ਇਸ ਸ਼ੈਤਾਨ ਦਾ ਇਨਕਾਰ ਕਰਨਾ ਹੈ ਤੇ ਪ੍ਰਭੂ ਯਿਸੂ ਦਾ ਇਨਕਾਰ ਇਕਰਾਰ ਕਰਨਾ ਹੈ। ਰੈਸਿਸਟ ਦ ਡੈਵਲ, ਸ਼ੈਤਾਨ ਦਾ ਵਿਰੋਧ ਕਰੋ। Stand firm against him. Sidhe khade ho jao usde samne. And fight him with the armor that are mentioned by Paul in Ephesians chapter 6. Ate us sare hathiyaran naal lado jehde Sant Paulus ne Ephesians di kitab de vich dasse ne. And remember this. Ate is gall nu yaad rakho. The battle is not yours. Eh ladai tuhadi nahi hai. Jesus Christ has already won the battle on the cross for you. Prabhu Yesu Masih ne is ladai nu ਆਲਰੇਡੀ ਉਸ ਸਲੀਬ ਦੇ ਉੱਤੇ ਜਿੱਤ ਲਿਆ ਹੈ। ਹੀ ਕੈਨ ਹਰਾਸ ਯੂ, ਉਹ ਤੁਹਾਨੂੰ ਡਰਾ ਸਕਦਾ ਹੈ। ਹੀ ਕੈਨ ਸਕੇਅਰ ਯੂ, ਉਹ ਤੁਹਾਨੂੰ ਡਰਾਵੇਗਾ। ਬਟ ਹੀ ਵਿਲ ਨੈਵਰ ਵਿਨ ਓਵਰ ਯੂ, ਪਰ ਉਹ ਤੁਹਾਡੇ ਉੱਤੇ ਜਿੱਤ ਨਹੀਂ ਪ੍ਰਾਪਤ ਕਰੇਗਾ। ਹੀ ਕੈਨ ਨਾਟ ਹਾਰਮ ਯੂ, ਉਹ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਹੀ ਕੈਨ ਨਾਟ ਡਿਸਟਰੋਏ ਯੂ, ਉਹ ਤੁਹਾਨੂੰ ਖਤਮ ਨਹੀਂ ਕਰ ਸਕਦਾ। ਹੀ ਕੈਨ ਨਾਟ ਟੇਕ ਯੂਰ ਅਬੰਡੈਂਟ ਲਾਈਫ ਐਂਡ ਜੋਏ ਫਰਮ ਯੂ, ਉਹ ਤੁਹਾਡਾ ਜੋ ਅਨੰਤ ਜੀਵਨ ਹੈ ਤੇ ਜੋ ਖੁਸ਼ੀ ਹੈ ਉਹ ਤੁਹਾਡੇ ਤੋਂ ਲੈ ਕੇ ਨਹੀਂ ਜਾ ਸਕਦਾ। ਲੈਟਸ ਕਲੋਜ਼ ਆਰ ਆਈਜ਼ ਐਂਡ ਪ੍ਰੇ। ਅਸੀਂ ਪ੍ਰਾਰਥਨਾ ਦੇ ਵਿੱਚ ਆਪਣੀਆਂ